ਸ਼ਮਾਂਦਾਨ ਰੇਡੀਓ ਪੰਜਾਬ ਟੂਡੇ ਸੁਣਨ ਵਾਲੇ ਸਰੋਤਿਆਂ ਦਾ ਫਿਰ ਤੋਂ ਸਵਾਗਤ ਹੈ ਜੀ ਅੱਜ ਦਿਨ ਹੈ ਮੰਗਲਵਾਰ ਤੇ ਤਰੀਕ ਹੈ 17 ਅਕਤੂਬਰ ਤੁਸੀਂ ਇਸ ਵਕਤ ਸਾਡੇ ਨਾਲ ਬਠਿੰਡਾ ਸਟੂਡੀਓ ਤੋਂ ਜੁੜੇ ਹੋਏ ਹਨ ਉਹਨਾਂ ਵੀਰਾਂ ਦੇ ਲਈ ਖਾਸ ਸੂਚਨਾ ਜਿਨ੍ਹਾਂ ਦੇ ਬੱਚੇ ਜਿਹੜੇ ਨੇ ਅਮਰੀਕਾ ਜਾ ਰਹੇ ਨੇ ਜਾਂ ਪੁੱਛ ਚੁੱਕੇ ਨੇ ਜਾਂ ਕਿਸੇ ਕੈਂਪ ਵਿੱਚ ਨੇ ਤੇ ਉਸ ਤੋਂ ਪਹਿਲਾਂ ਕਾਨੂੰਨੀ ਕਾਰਵਾਈ ਦੇ ਲਈ ਉਹਨਾਂ ਨੂੰ ਕੋਈ ਮਦਦ ਚਾਹੀਦੀ ਹੈ ਕਾਂ ਤੁਸੀਂ ਅਮਰੀਕਾ ਦੀ ਮਸ਼ਹੂਰ ਲਾ ਫਰਮ ਕੈਲਨ ਗੈਲ ਦੇ ਸੀਨੀਅਰ ਐਟਾਰਨੀ ਜੋ ਲਗਾਤਾਰ 1987 ਤੋਂ ਗੱਲਬਾਤ ਹਜ਼ਾਰਾਂ ਸਿੱਖਾਂ ਦੇ ਕੇਸ ਲੜ ਰਹੇ ਨੇ ਉਹਨਾਂ ਨੂੰ ਪੱਕੇ ਕਰਵਾ ਚੁੱਕੇ ਨੇ ਐਮੀ ਗੱਲ ਹੋਣੀ 212 619 2859 ਤੇ ਕਾਲ ਕਰ ਸਕਦੇ ਹੋ ਜਾਂ ਵੇਲੇ-ਕੁਲੇ ਕਾਲ ਕਰਨੀ ਹੈ ਤਾਂ ਰਾਜਵੀਰ ਸਿੰਘ ਜਿਹੜੇ ਇਹਨਾਂ ਦੇ ਚੀਫ ਇਮੀਗ੍ਰੇਸ਼ਨ ਕੰਸਲਟੈਂਟ ਨੇ 25 ਸਾਲਾਂ ਤੋਂ ਇਸ ਕਿੱਤੇ 'ਚ ਨੇ ਉਹਨਾਂ ਦਾ ਵਟਸਐਪ ਨੰਬਰ ਹੈ ਜੀ +1 ਅਮਰੀਕਾ ਦਾ ਕੋਡ ਲਾ ਕੇ 7186121118 ਦੇ ਉੱਤੇ ਸੰਪਰਕ ਸਾਥ ਸਕਦੇ ਹੋ ਇਸ ਤੋਂ ਇਲਾਵਾ ਜੇਕਰ ਤੁਹਾਡਾ ਭਾਰਤ ਦੇ ਵਿੱਚ 3 ਸਾਲ ਪੁਰਾਣਾ ਬਿਜ਼ਨਸ ਹੈ ਤੇ ਤੁਸੀਂ ਅਮਰੀਕਾ ਦੇ ਵਿੱਚ ਬੱਚਿਆਂ ਸਮੇਤ ਸੈਟੂਪ ਹੋਣਾ ਚਾਹੁੰਦੇ ਹੋ ਤਾਂ ਤੁਸੀਂ ਗੱਲ ਕਰ ਸਕਦੇ ਹੋ ਰਾਜਵੀਰ ਸਿੰਘ ਹੋਰਾਂ ਦੇ ਨਾਲ ਨਵੀਂ ਫਰਮ ਬਣਾਉਣੀ ਹੈ ਜਾਂ ਰਜਿਸਟਰਡ ਕਰਾਉਣੀ ਹੈ ਜਾਂ ਫਿਰ ਤੁਸੀਂ ਐਗਜ਼ਿਸਟਿੰਗ ਬਿਜ਼ਨਸ ਦੇ ਲਈ ਟੈਕਸਿਸ ਦੀਆਂ ਸੇਵਾਵਾਂ ਚਾਹੀਦੀਆਂ ਤਾਂ ਹਮੇਸ਼ਾ ਯਾਦ ਰੱਖੋ ਐਕਿਊਰੇਟ ਅਕਾਊਂਟਸ ਐਂਡ ਟੈਕਸੈਸ ਵਾਲੇ ਮਹਿੰਦਰ ਸਿੰਘ ਸੋਲ ਤੇ ਲੋਕਪਾਲ ਸਿੰਘ ਸੋਲ ਹੋਰਾਂ ਨੂੰ 253520886 ਦੇ ਉੱਤੇ ਸ਼ਟਰਲ ਦੀ ਮਸ਼ਹੂਰ ਟਰਕਿੰਗ ਕੰਪਨੀ ਨੂੰ ਓਨਰ ਆਪਰੇਟਰ ਤੇ ਡਰਾਈਵਰ ਦੀ ਲੋਡ ਹੈ ਚੰਗੇ ਬੋਨਸ ਦੇ ਨਾਲ ਨਾਲ ਕੰਪਨੀ ਹੋਰ ਸਹੂਲਤਾਂ ਵੀ ਦਿੰਦੀ ਹੈ ਜੀ ਜਿਗਦੇਵ ਸੰਧੂ ਹੋਰਾਂ ਦੇ ਨਾਲ 2532666924 ਤੇ ਕਾਲ ਕਰ ਸਕਦੇ ਹੋ ਗੁਰਵਿੰਦਰ ਤਾਲੀਵਾਲ ਹੋਰਾਂ ਦੇ ਨਾਲ 2063544060 ਕਿਸੇ ਤਰ੍ਹਾਂ ਦੀ ਕੰਸਟ੍ਰਕਸ਼ਨ ਕਰਾਉਣੀ ਹੈ ਜਾਂ ਸਿਟੀ ਦੀ ਓਬਜੈਕਸ਼ਨ ਰਿਮੂਵ ਕਰਾਉਣੀ ਹੈ ਤਗਰੇਂਦਰ ਗਰੇਵਾਲ ਹੋਣਾ ਨੂੰ ਹਮੇਸ਼ਾ ਯਾਦ ਰੱਖੋ 2069415454 ਦੇ ਉੱਤੇ ਕਾਲ ਕਰ ਸਕਦੇ ਹੋ ਟਿਲਪਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਟਿਲਪਾ ਸਾਹਿਬ ਬੜਾ ਅਹਿਮ ਫੈਸਲਾ ਜਿਹੜਾ ਨਜ਼ਰ ਆ ਰਿਹਾ ਹੈ 6 ਸੰ ਸਮਾਜ ਨਾਲ ਜੁੜੇ ਅਹਿਮ ਮਸਲੇ ਦੇ ਉੱਤੇ ਸਿੱਖ ਧਰਮ ਨਾਲ ਜੁੜੇ ਆ ਮਸਲੇ ਦੇ ਉੱਤੇ ਦੇਸ਼ ਵਿਦੇਸ਼ ਦੇ ਵਿੱਚ ਬੈਠੇ ਉਹਨਾਂ ਲੋਕਾਂ ਦੇ ਲਈ ਕੌਮ ਦੇ ਜਿਹੜੇ ਆਕੂ ਨੇ ਉਹਨਾਂ ਨੇ ਸਿਰ ਜੋੜਿਆ ਪੰਜਾਬ ਦੇ ਵਿੱਚ ਤਾਂ ਤੁਹਾਨੂੰ ਪਤਾ ਲੰਬੇ ਸਮੇਂ ਤੋਂ ਤੁਸੀਂ ਮੈਰਿਜ ਪੈਲਸਾਂ ਦੇ ਵਿੱਚ ਜਿਹੜਾ ਵਿਆਹ ਸ਼ਾਦੀ ਦੇ ਲਈ ਗੁਰੂ ਮਹਾਰਾਜ ਜੀ ਦਾ ਜਿਹੜਾ ਉੱਥੇ ਪ੍ਰਕਾਸ਼ ਨਹੀਂ ਕਰ ਸਕਦੇ ਆਨੰਦਕਾਰਜ ਨਹੀਂ ਕਰਵਾ ਸਕਦੇ ਰੋਕ ਲਾ ਦਿੱਤੀ ਗਈ ਸੀ ਪਰ ਦੇਖਣ ਚ ਆਇਆ ਸੀ ਕਿ ਮੈਕਸੀਕੋ ਵਰਗੇ ਦੇਸ਼ਾਂ ਦੇ ਵਿੱਚ ਲਗਜ਼ਰੀ ਰਿਜ਼ੋਰਟਸ ਤੇ ਬੀਚਸ ਦੇ ਉੱਤੇ ਵੀ ਜਿਹੜੇ ਆ ਵਿਆਹ ਸ਼ਾਦੀਆਂ ਉੱਥੇ ਹੋਣ ਲੱਗ ਪੀਆਂ ਉੱਥੇ ਲ ਜਾ ਕੇ ਜਿਹੜੇ ਆ ਜੀ ਗੁਰੂ ਮਹਾਰਾਜ ਦਾ ਪ੍ਰਕਾਸ਼ ਹੋਣ ਲੱਗ ਪਿਆ ਹੁਣ ਜਿਹੜਾ ਇਹ ਫੈਸਲਾ ਆ ਬੜਾ ਅਹਿਮ ਫੈਸਲਾ ਹੈ ਇਹ ਜਿਹੜਾ ਸਿਰ ਜੋੜਿਆ ਕੱਲੇ ਆਨੰਦ ਕਾਰ ਜਾਂਦੇ ਨਹੀਂ ਜਿਹੜੀਆਂ ਸੇਮ ਸੈਕਸ ਮੈਰਿਜੇਸ ਦੇ ਉੱਤੇ ਵੀ ਬੜੇ ਸਖਤ ਨਜ਼ਰ ਆਏ ਨੇ ਸਿੱਖਾ ਕੋ ਧਾਨੇਵੜੀਆ ਸਭ ਮੈਂ ਇਸ ਫੈਸਲੇ ਦੀ ਪੁਰਜੋਰ ਹਮਾਇਤ ਕਰਦਾ ਹਾਂ ਔਰ ਸਿੰਘ ਸਾਹਿਬ ਨੂੰ ਜਿੰਨੇ ਵੀ ਹੈਗੇ ਪੰਜੇ ਸਿੰਘ ਸਹਿਬਾਨ ਜੀ ਉਹਨਾਂ ਨੂੰ ਕੰਗ੍ਰੈਚੂਲੇਟ ਵੀ ਕਰਦੇ ਆ ਕਿ ਤੁਸੀਂ ਬਹੁਤ ਵਧੀਆ ਗੱਲ ਕੀਤੀ ਜੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ 11ਵੇਂ ਗੁਰੂ ਦਾ ਰਤਬਾ ਹਮ ਹਮ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਦਿੱਤਾ ਸੀ ਨਾਦੇੜ ਸਾਹਿਬ ਜੀ ਉਸ ਤੋਂ ਬਾਅਦ ਕਈ ਮਾਮਲਿਆਂ ਦੇ ਵਿੱਚ ਸੁਪਰੀਮ ਕੋਰਟ 'ਚ ਮਾਮਲੇ ਜਦੋਂ ਗਏ ਹਮ ਹਮ ਤੇ ਸੁਪਰੀਮ ਕੋਰਟ ਨੇ ਵੀ ਹਮ ਹਮ ਲਿਵਿੰਗ ਗੁਰੂ ਕਿਹਾ ਹੈ ਗੁਰੂ ਗ੍ਰੰਥ ਸਾਹਿਬ ਨੂੰ ਜਿਉਂਦੀ ਜਾਗਦੀ ਸ਼ਖਸੀਅਤ ਹਮ ਹਮ ਹੁਣ ਤੁਸੀਂ ਇਹ ਦੇਖੋ ਕਿ ਕੁਝ ਲੋਕਾਂ ਨੇ ਪੈਸੇ ਵਾਲੇ ਬੰਦਿਆਂ ਨੇ ਜੀ ਗੁਰੂ ਗ੍ਰੰਥ ਸਾਹਿਬ ਨੂੰ ਕੀ ਬਣਾ ਲਿਆ ਹਮ ਜੋ ਜੀ ਚਾਹੇ ਨਹੀਂ ਜੋ ਜੀ ਚਾਹੇ ਨਹੀਂ ਤੁਹਾਡੇ ਯਾਦ ਹੋਣਾ ਹੈ ਸ਼ੁਰੂ-ਸ਼ੁਰੂ ਦੇ ਵਿੱਚ ਪੀਟਰ ਇੰਜਨ ਲੱਗੇ ਹੁੰਦੇ ਸੀ ਆਪਣੇ ਨੀਮਾ ਜਿੱਥੇ ਪਾਣੀ ਉੱਚਾ ਹੁੰਦਾ ਸੀ ਹਾਂਜੀ ਤੇ ਲੋਕਾਂ ਨੇ ਬੋਰ ਲਾਏ ਹੁੰਦੇ ਸੀ ਹੂੰ ਹੂੰ ਤੇ ਪੀਟਰ ਇੰਜਨ ਜਿਹੜਾ ਹੈਗਾ ਨਾ ਚੱਕ ਕੇ ਲਿਆ ਜਾਂਦੇ ਕਦੇ ਉੱਥੇ ਲਾਏ ਸੀ ਉਸ ਬੋਰ ਤੱਕ ਅਜੂਪੀ ਚ ਜਿਵੇਂ ਹੁਣ ਵੀ ਹੈ ਗੁੰਦੇ ਮਤਲਬ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰਤਾ ਦੇ ਵਾਸਤੇ ਬਰਗਾੜੀ ਦੇ ਵਿੱਚ ਕਿੱਡਾ ਵੱਡਾ ਮੋਰਚਾ ਲੱਗਿਆ ਹੋਇਆ ਮੋਰਚਾ ਲੱਗਿਆ ਹੋਇਆ ਲੱਗਿਆ ਹੋਇਆ ਕਿੱਡਾ ਵੱਡਾ ਮੋਰਚਾ ਲੱਗਿਆ ਹੋਇਆ ਤਿੰਨ ਮੁੱਖ ਮੰਤਰੀ ਆ ਜਿਹੜੇ ਉਹਨੇ ਖਾ ਲਏ ਹੂੰ ਹ ਤੇ ਚੌਥੇ ਦੀ ਤਿਆਰੀ ਹੈ ਤਿਆਰੀ ਹੈ ਉਸ ਗੁਰੂ ਗ੍ਰੰਥ ਸਾਹਿਬ ਨੂੰ ਪੈਸੇ ਵਾਲੇ ਬੰਦਿਆਂ ਨੇ ਪੀਟਰਿੰਜਨ ਬਣਾ ਲਿਆ ਹੂੰ ਇਹ ਤਾਂ ਬਹੁਤ ਮਤਲਬ ਇਹਨਾਂ ਨੂੰ ਤਾਂ ਜਿੰਨੀ ਸਜ਼ਾ ਦਿੱਤੀ ਜਾਵੇ ਉਹ ਨਹੀਂ ਥੋੜੀ ਜੀ ਤੁਹਾਡੇ ਕੋਲੇ ਪੈਸਾ ਹੈ ਪੈਸੇ ਨੂੰ ਤੁਸੀਂ ਵਰਤੋ ਹੂੰ ਆਪਣੇ ਖਾਲਸਾ ਏਡ ਵਾਲੇ ਉਹ ਵੀ ਦਾਨ ਪੀ ਦਾਨ ਵੀਰਾਂ ਤੋਂ ਦਾਨ ਲੈਂਦੇ ਹੂੰ ਹੂੰ ਔਰ ਜਿੱਥੇ ਲੋੜ ਬੰਦ ਹੁੰਦੇ ਉਹਨਾਂ ਦੀ ਮਦਦ ਕਰਦੇ ਜੇ ਤੁਹਾਡੇ ਕੋਲੇ ਪੈਸਾ ਹੈ ਉਸ ਪੈਸੇ ਨੂੰ ਤੁਸੀਂ ਚੰਗੇ ਪਾਸੇ ਵਰਤੋ ਜੀ ਦੇ ਨਾਲ ਤੁਹਾਡਾ ਨਾਂ ਹੋਵੇ ਨਾ ਹੋਵੇ ਬਿਲਕੁਲ ਸਿਰਫ ਤੇ ਸਿਰਫ ਵਿਆਹ ਕਰਵਾਉਣ ਵਾਸਤੇ ਪੈਸੇ ਦਾ ਜਿਹੜਾ ਤੁਸੀਂ ਮੁਜਾਰਾ ਕਰਦੇ ਹੋ ਇਹ ਬਹੁਤ ਗਲਤ ਹੈ ਹੂੰ ਹੂੰ ਇਹ ਕਾਹਕਈ ਚੀਜ਼ਾਂ ਸਾਡੇ ਸਿੰਘ ਸਹਿਬਾਨਾਂ ਨੇ ਜਿਹੜੀਆਂ ਚ ਆਪਾਂ ਸਾਰਿਆਂ ਨਾਲ ਸਹਿਮਤੀ ਹੋ ਸਕਦੇ ਜੀ ਮਸਲਨ ਜਿਵੇਂ ਇੱਕ ਵਾਰੀ ਇਹ ਵੀ ਗੱਲ ਆ ਗਈ ਸੀ ਕਿ ਜੀ ਜਿਹੜੇ ਮੇਜ਼ ਕੁਰਸੀਆਂ ਹੈਗੀਆਂ ਲੰਗਰ ਦੇ ਵਿੱਚੋਂ ਨਹੀਂ ਹੋਣੇ ਚਾਹੀਦੇ ਨਹੀਂ ਹੋਣੇ ਚਾਹੀਦੇ ਹੁਣ ਬਹੁਤ ਸਾਰੇ ਲੋਕ ਇਹੋ ਜਿਹੇ ਆ ਜਿਨ੍ਹਾਂ ਦੀ ਸ਼ਰਤਾਂ ਬਹੁਤ ਜ਼ਿਆਦਾ ਹੈ ਉਹ ਗੁਰਸਿੱਖ ਵੀ ਪੂਰੇ ਉਹਨਾਂ ਦੇ ਗੋਡੇ ਨਹੀਂ ਮੁੜਦੇ ਗੋਡਿਆਂ ਦੀ ਪ੍ਰੋਬਲਮ ਹੈ ਜੇ ਉਹ ਕੀਰਤਨ ਸੁਣਨ ਵਾਸਤੇ ਜਾ ਕੇ ਕਿਸੇ ਸਟੂਲ ਤੇ ਬਹਿ ਜਾਣਗੇ ਅੰਦਰਲ ਮਗਰਲੇ ਪਾਸੇ ਲੱਗੇ ਐ ਅੱਜ ਵੀ ਆਪਾਂ ਦੇਖਦੇ ਆ ਆਪਣੇ ਆ ਮਾਡਲ ਟਾਊਨ ਗੁਰਦੁਆਰਾ ਸਾਹਿਬ ਦੇ ਵਿੱਚ ਜੀ 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 ਸਾਈਡਾਂ ਦੇ ਉੱਤੇ ਮਤਲਬ ਇੱਕ ਮੂੜੇ ਟਾਈਪ ਜੇ ਰੱਖ ਦਿੰਦੇ ਆ ਜੀ ਨੀਵੇਂ ਜੇ ਕਰਕੇ ਮਤਲਬ ਇਹ ਵੀ ਪਲਾਤੀ ਨਹੀਂ ਬਣ ਜੇ ਬਸ ਸਮਝੋ ਪੀੜਾ ਪੈ ਗਿਆ ਜੀ ਪੀੜਾ ਪੀੜਾ ਬਣ ਗਿਆ ਵੀ ਇਸ ਕਿਸਮ ਦੀ ਗੱਲ ਜਿਹੜੀ ਹੈਗੀ ਜੀ ਉਹਦੇ ਤੇ ਪਾਬੰਦੀ ਲੱਗੀ ਲਾਈ ਜਾਵੇ ਤਾਂ ਮੇਰੇ ਖਿਆਲ ਨਾਲ ਉਹਦੇ ਨਾਲ ਉਹ ਬਹੁਤ ਜ਼ਰੂਰੀ ਸੀ ਹਾਂ ਬਹੁਤ ਜ਼ਰੂਰੀ ਸੀ ਇਹ ਬਹੁਤ ਵਧੀਆ ਗੱਲ ਕੀਤੀ ਹੈ ਔਰ ਇਹਦੇ ਤੇ ਅਸੀਂ ਕਹਾਂਗੇ ਕਿ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਇਹ ਮਾਨ ਸਤਕਾਰ ਇੱਜ਼ਤ ਨੂੰ ਵਧਾਉਣ ਵਾਸਤੇ ਇਹੀ ਕੁਛ ਕੀਤਾ ਹੁਣ ਤੁਸੀਂ ਮੈਂ ਮਾਫ ਕਰਨਾ ਅੱਜ ਭਗਵੰਤ ਮਾਨ ਜੀ ਬਹੁਤ ਉੱਚੇ ਰਤਵੇ ਤੇ ਬਿਲਕੁਲ ਟਾਈਮ ਯਾਦ ਕਰੋ ਅੱਜ ਤੋਂ 8 ਸਾਲ ਪਹਿਲਾਂ ਹੂੰ ਹੂੰ ਜਦੋਂ ਬਾਈਬਲ ਕਲਾਂ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਵਾਸਤੇ ਬਰਗਾੜੀ ਦੇ ਸਕੂਲ ਦੇ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਦਾ ਜਨ ਸੁਧਾਰਨ ਪਾਠ ਦਾ ਜਿਹੜਾ ਭੋਗ ਪਾਉਣ ਤੋਂ ਬਾਅਦ ਅੰਤਮ ਅਰਦਾਸ ਹੋਈ ਹੈ ਉਸ ਅੰਤਮ ਅਰਦਾਸ ਦੇ ਵਿੱਚ ਮੈਂ ਹੁਣ ਇਹ ਨਹੀਂ ਦੱਸਣਾ ਚਾਹੁੰਦਾ ਕਿ ਕੀ ਹੋਇਆ ਸੀ ਕੀ ਹੋਇਆ ਸੀ ਆਪਾਂ ਚਾਰ ਬੰਦੇ ਸੀ ਆਪਾਂ ਚਾਰ ਬੰਦਿਆਂ ਨੇ ਸਭ ਕੁਝ ਆਪਣੇ ਅੱਖੀਂ ਦੇਖਿਆ ਤੇ ਆਪਾਂ ਦਖਲੰਦਾਜ਼ੀ ਕੀਤੀ ਮੈਂ ਜਾ ਕੇ ਸਾਰੇ ਮੈਂ ਗਿਆ ਨਾਲ ਜਾ ਕੇ ਮੈਂ ਨਿੰਗ ਸਿੰਘਾਂ ਨੂੰ ਬੇਨਤੀ ਕੀਤੀ ਕਿ ਕਿਉਂ ਖੂਨ ਨਾਲ ਹੱਥ ਖਰਾਬ ਕਰਦੇ ਬਾਬਾ ਜੀ ਜਾਣ ਦਿਓ ਜਾਣ ਦਿਓ ਮਾਨ ਸਾਹਿਬ ਦੇ ਗਨਮੈਨ ਨੂੰ ਮੈਂ ਕਹਿ ਸੀ ਤੁਸੀਂ ਬਹੁਤ ਗਲਤ ਕਰ ਰਹੇ ਹੋ ਤੁਸੀਂ ਲੈ ਜਾਓ ਲੈ ਜਾਓ ਲੈ ਜਾਓ ਜਵਾਕ ਠੀਕ ਹੈ ਉਸ ਵੇਲੇ ਦੀ ਸਥਿਤੀ ਜਿਹੜੀ ਹੈਗੀ ਉਹ ਇੰਨੀ ਭਿਆਨਕ ਰੂਪ ਪਹਿਲਾਂ ਇੱਕ ਦੁਕਾਨ ਦੇ ਵਿੱਚੋਂ ਸਾਡਾ ਮਤਲਬ ਜਿਹੜਾ ਹੈਗਾ ਛੁਟਕਾਰਾ ਨਹੀਂ ਸੀ ਹੋਇਆ ਮੈਂ ਨਹੀਂ ਕਹਿੰਦਾ ਕਿਸੇ ਦੀ ਗਲਤੀ ਸੀ ਉਹ ਵਗਿਆ ਸੀ ਲੇਕਿਨ ਕਈ ਵਾਰੀ ਸਥਿਤੀ ਇਹੀ ਜੇ ਹੀ ਬਣ ਜਾਂਦੀ ਹੈ ਜੀ ਸੋ ਗੁਰੂ ਗ੍ਰੰਥ ਸਾਹਿਬ ਅੱਜ ਵੀ ਹੁਣ ਇੱਕ ਮਾਮਲਾ ਆ ਗਿਆ ਜੀ ਹੂੰ ਇਹਨਾਂ ਨੇ ਆਪਣੇ ਨੇ ਮਜੀਠੀਆ ਸਾਹਿਬ ਨੇ ਚੱਕ ਲਿਆ ਅੱਛਾ ਜੀ ਮਜੀਠੀਆ ਸਾਹਿਬ ਕਹਿਣਾ ਪੈਂਦਾ ਕਿਉਂਕਿ ਉਹ ਵੱਡੀ ਪਾਰਟੀ ਦਾ ਸਪੋਕਸਪਰਸਨ ਹੈ ਹੂੰ ਉਹਨਾਂ ਨੇ ਕਿਹਾ ਜੀ ਇੱਕ ਜਿਹੜਾ ਹੈਗਾ ਗੁਰਸਿੱਖ ਉਹਦੇ ਕੇਸਾਂ ਦੀ ਬੇਅਦਬੀ ਕਰਤੀ ਅੱਛਾ ਜੀ ਇਲਜ਼ਾਮ ਕੀਤੇ ਲਾਇਆ ਸਾਡੇ ਜਿਹੜੇ ਹੈਗੇ ਐਜੂਕੇਸ਼ਨ ਮਿਨਿਸਟਰ ਹੂੰ ਹਰਜੋਤ ਬੈਂਸੋਰਾ ਬੈਂਸੋਰਾ ਕਿਉਂਕਿ ਕੁਝ ਦਿਨ ਪਹਿਲਾਂ ਤੁਹਾਨੂੰ ਪਤਾ ਮਾਈਨਿੰਗ ਦਾ ਇੱਕ ਮਾਮਲਾ ਜਿਹੜਾ ਬੇਨਕਾਬ ਹੋ ਗਿਆ ਸੀ ਕਿ ਬਾਕੀ ਤਾਂ ਸਾਰੇ ਥਾਵਾਂ ਤੇ ਮਾਈਨਿੰਗ ਬੰਦਾ ਤੇ ਮਾਈਨਿੰਗ ਚੱਲੀ ਜਾਂਦੀ ਹੈ ਰੋਪੜ ਦੇ ਇਲਾਕੇ ਰੋਪੜ ਦੇ ਇਲਾਕੇ ਉਹ ਸ਼ਾਇਦ ਬੰਦੇ ਨੇ ਕੋਈ ਮਾੜੀ ਮੋਟੀ ਉਹਦੀ ਕਮੀ ਪੇਸ਼ੀ ਹੋਵੇ ਉਹਨੂੰ ਕਹਿੰਦੇ ਜੀ ਫੜ ਲਿਆ ਫੜ ਕੇ ਪੁਲਿਸ ਥਾਣੇ ਲੈ ਗਈ ਥਾਣੇ ਲਿਆ ਕੇ ਉਹਦੀ ਛਤਰਪੋਲਾ ਵੀ ਕੀਤਾ ਤੇ ਉਹਦੀ ਜਿਹੜੀ ਹੈਗੀ ਇੱਕ ਕਾਰਨ ਦੀ ਵੀ ਜਿਹੜੀ ਹੈਗੀ ਹੈ ਇਨਸਲਟ ਹੋਈ ਬੇਅਦਵੀ ਹੋਈ ਇਹ ਜਦੋਂ ਇਸ ਕਿਸਮ ਦੇ ਮਾਮਲੇ ਚੱਲਣ ਲੱਗਦੇ ਹਨ ਤੇ ਇਸ ਮੌਕੇ ਦੇ ਉੱਤੇ ਆਪਾਂ ਤਾਂ ਕਮਾਂਗੇ ਕਿ ਜਿੰਨਾ ਵਧੀਆ ਕੰਮ ਕੀਤਾ ਮੇਰਾ ਖਿਆਲ ਹੈ ਵੀ ਇਤੋਂ ਪ ਪਹਿਲਾ ਹਿੱਸਾ ਸਹਿਵਾਨ ਨੂੰ ਇਹਦੀ ਗੱਲ ਕਰਨੀ ਚਾਹੀਦੀ ਸੀ ਕਿਉਂਕਿ ਪੰਜਾਬ ਦੇ ਵਿੱਚ ਮੈਂ ਤੁਸੀ ਜ਼ਿਕਰ ਕੀਤਾ ਜੀ ਪੰਜਾਬ ਦੇ ਵਿੱਚ ਜਿਹੜਾ ਰਿਜ਼ੌਰਟਾਂ ਦੇ ਵਿੱਚ ਜਾ ਕੇ ਜਾਂ ਮੈਰਿਜ ਪੈਲਸਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਲੇਜਾਂ ਤੇ ਪਬੰਦੀ ਹੈ ਹੂੰ ਹੂੰ ਉੱਥੇ ਹੀ ਦਾਰੂ ਚੱਲੀ ਜਾਂਦੀ ਹੈ ਉੱਥੇ ਬਾਕੀ ਸਾਰਾ ਕੁਝ ਚੱਲੀ ਜਾਂਦਾ ਉੱਥੇ ਚਲੋ ਸੱਭਿਆਚਾਰਕ ਪ੍ਰੋਗਰਾਮ ਚੱਲੀ ਜਾਂਦੇ ਹੈ ਅਗਲੇ ਨੂੰ ਖੁਸ਼ੀ ਹੁੰਦੀ ਹੈ ਜੀ ਜੀ ਪਰ ਜੇ ਆਪਾਂ ਦੇਖੀ ਗੁਰੂ ਗ੍ਰੰਥ ਸਾਹਿਬ ਦੇ ਸਤਕਾਰ ਨੂੰ ਤਾਂ ਥੋੜੀ ਜੀ ਠੇਸ ਲੱਗਦੀ ਲੱਗਦੀ ਥੋੜੀ ਕੇ ਬਹੁਤ ਹਾਂ ਹਾਂ ਚਲੋ ਆਪਾਂ ਕਰ ਲਈਏ ਵੀ ਉਹਨਾਂ ਦੀ ਮਨਸ਼ਾ ਨਹੀਂ ਹੁੰਦੀ ਹੂੰ ਹੂੰ ਉਹਨਾਂ ਨੇ ਤਾਂ ਆਪਦੀ ਮਤਲ ਜਿਹੜੀ ਹੈਗੀ ਉਹ ਕਹਿੰਦੇ ਵੀ ਚਲੋ ਅਸੀਂ ਸਾਡਾ ਨੇੜੇ ਹੋ ਜਾਈਏ ਇਹ ਮੇਰੇ ਖਿਆਲ ਹੈ ਫੈਸਲਾ ਭਾਈ ਰਣਜੀਤ ਸਿੰਘ ਨੇ ਕੀਤਾ ਲੱਗਦਾ ਮੈਨੂੰ ਲੱਗਦਾ ਹਾਂ ਉਦੋਂ ਉਹਨਾਂ ਨੇ ਉਹਨਾਂ ਨੇ ਉਹਨਾਂ ਨੇ ਕੀਤਾ ਜਾਂ ਫਿਰ ਆਪਣੇ ਕੀ ਕਹਿੰਦੇ ਆ ਸੀਗਾ ਜਿੱਦਤ ਗੈ ਗੈ ਨਹੀਂ ਆਪਣਾ ਅਨੰਦਗੜ੍ਹ ਸਾਹਿਬ ਨੇ ਅਨੰਦਗੜ੍ਹ ਸਾਹਿਬ ਨੇ ਤਾਂ ਫਿਰ ਪਹਿਰਾ ਦਿੱਤਾ ਨਾ ਪਹਿਰਾ ਦਿੱਤਾ ਉਸ ਤੇ ਬਹੁਤ ਠੋਕ ਕੇ ਪਹਿਰਾ ਦਿੱਤਾ ਇਹ ਤਾਂ ਜਾ ਕੇ ਮਤਲਬ ਸ hẳn ਕਰ ਲੈਂਦੇ ਸੀ ਪਹੁੰਚ ਜਾਂਦੇ ਸੀ ਤੇ ਹੋ ਜਾ ਕੁਛ ਹੁੰਦਾ ਸੀਗਾ ਉਸੇ ਦਾ ਖਮਾਜਾ ਹੀ ਭੁਗਤਣਾ ਪੈਂਦਾ ਚਲੋ ਕੋ ਹੁੰਦਾ ਹੀ ਹੈ ਚਲ ਆਪਾਂ ਯਾਦ ਤਾਂ ਕਰਦੇ ਨਾ ਉਹ ਉਹ ਬਿਰਦਾ ਵਾਸਤਾ ਦੇ ਵਿੱਚ ਘਰੇ ਪਏ ਹੈ ਹਮ ਹਮ ਉਹਨਾਂ ਦੀ ਹਾਲਤ ਜਿਹੜੀ ਹੈਗੀ ਹੈ ਸਰੀਰਕਾਲਤ ਕੋਈ ਬਹੁਤੀ ਚੰਗੀ ਨਹੀਂ ਪਰ ਇਹਦੇ ਬਾਵਜੂ ਜੇ ਉਹਨਾਂ ਨੇ ਚੰਗਾ ਕੰਮ ਇਕ ਉਸ ਪਲੈਟਫਾਰਮ ਤੋਂ ਜਿਹਨੂੰ ਦੁਨੀਆਂ ਦੇ ਵਿੱਚ ਸੁਣਿਆ ਜਾਂਦਾ ਹੈ ਉਹਦਾ ਜ਼ਿਕਰ ਕਰਦੇ ਆ ਇਹ ਕੋਈ ਛੋਟੀ ਨਹੀਂ ਪ੍ਰਾਪਤੀ ਨਹੀਂ ਬਹੁਤ ਵੱਡੀ ਪ੍ਰਾਪਤੀ ਹੈ ਇੱਕ ਤਾਂ ਇਹ ਫੈਸਲਾ ਹੋਇਆ ਜੀ ਇਹ ਅਸਲ ਦੇ ਵਿੱਚ ਕੱਲ ਸਿੰਘ ਸਹਿਬਾਨ ਦੀ ਮੀਟਿੰਗ ਹੋਈ ਸੀ ਜੀ ਉਸ ਮੀਟਿੰਗ ਦੇ ਵਿੱਚ ਫੈਸਲਾ ਹੋਇਆ ਤੇ ਇੱਕ ਫੈਸਲਾ ਉਹ ਚ ਦੰਨ ਵਾਲੀਆਂ ਸਭ ਹੋਰ ਹੋਇਆ ਹੂੰ ਹੂੰ ਉਹ ਇੱਥੇ ਆਪਣੇ ਗੁਰਦੁਆਰਾ ਸਾਹਿਬਾ ਕੱਲ ਕੀਤਰ ਹਾਂਜੀ ਬਠਿੰਡੇ ਬਠਿੰਡੇ ਦੇ ਵਿੱਚ ਉੱਥੇ ਪਿਛਲੇ ਦਿਨਾਂ ਦੇ ਵਿੱਚ ਦੋ ਕੁੜੀਆਂ ਦਾ ਸੇਮ ਸੈਕਸ ਸਮ ਲਿੰਗੀ ਵਿਆਹ ਹੋਇਆ ਕਰਤਾ ਹੂੰ ਹੂੰ ਅਰਦ ਵਿੱਚ ਹੋਇਆ ਕੀ ਕਿ ਆਪਣੇ ਜਿਹੜੇ ਹੈਗੇ ਗਰੰਥੀ ਸਿੰਘ ਉਹਨਾਂ ਨੇ ਆਨੰਦ ਕਾਰਜ ਵੀ ਕਰਤੇ ਬੜਾਤੇ ਹਾਂ ਆਨੰਦ ਕਾਰਜ ਕਰਨ ਤੋਂ ਬਾਅਦ ਰੌਲਾ ਪੈ ਗਿਆ ਹੂੰ ਹੂੰ ਰੌਲਾ ਪੈਣ ਦੇ ਉੱਤੇ ਕੁਝ ਲੋਕ ਆ ਗਏ ਅਕਾਲੀ ਦਲ ਅਮਰਸਰ ਦੇ ਕੁਝ ਜਿਹੜੇ ਮੂਹਰੇ ਲੀਡਰ ਆ ਗੂਸੇ ਨੇ ਆ ਕੇ ਕਹਿ ਗਿਆ ਜੀ ਇਹ ਤਾਂ ਬਹੁਤ ਗਲਤ ਹੋ ਗਿਆ ਹੂੰ ਹੂੰ ਉਹਨਾਂ ਨੇ ਇੰਟਰਫੇਅਰ ਕੀਤਾ ਸ਼ਰੋਮਨੀ ਕਮੇਟੀ ਵਾਲੇ ਵੀ ਹੈਗੇ ਉਹਨਾਂ ਨੇ ਵੀ ਇੰਟਰਫੇਅਰ ਕੀਤਾ ਅਕਾਲ ਸਖਤ ਸਭ ਤੋਂ ਕਮੇਟੀ ਵੀ ਬਣ ਗਈ ਹੂੰ ਹੂੰ ਉਹ ਕਮੇਟੀ ਨੇ ਇਨਕੁਆਇਰੀ ਵੀ ਕਰ ਲਈ ਇਨਕੁਆਇਰੀ ਕਰਕੇ ਉਦੋਂ ਫਿਰ ਕੁਝ ਖੁਰਕੀਆਂ ਦੀਆਂ ਗੱਲਾਂ ਚੱਲੀਆਂ ਸੀ ਕਿ ਜੀ ਕਮੇਟੀ ਨੂੰ ਭੰਗ ਕਰਨਾ ਚਾਹੁੰਦੇ ਹਾਂ ਤੇ ਗੁਰਦੁਆਰਾ ਸਾਹਿਬ ਨੂੰ ਕਮੇਟੀ ਦੇ ਕੰਟਰੋਲ ਚ ਲੈਣਾ ਚਾਹੁੰਦੇ ਐ ਐਸਸੀਪੀਸੀ ਦੇ ਕੰਟਰੋਲ ਚ ਕਿਉਂਕਿ ਉਸ ਗੁਰਦੁਆਰਾ ਸਾਹਿਬ ਨੂੰ ਅਰੀਲੋਂ ਪਾਰ ਦਾ ਸਾਰਾ ਇਲਾਕਾ ਜੀ ਜਿਵੇਂ ਇਧਰ ਆਪਣੇ ਮਾਡਲ ਟਾਊਨ ਦਾ ਮਾਡਲ ਟਾਊਨ ਵਾਲਾ ਗੁਰਦੁਆਰਾ ਸਾਹਿਬ ਹੈ ਹਾਂ ਇਹ ਉਹ ਮੇਰਾ ਗੁਰਦੁਆਰਾ ਸਾਹਿਬ ਹੈ ਵਿਆਹ ਸ਼ਾਦੀ ਦੇ ਆਨੰਦ ਕਾਰਜ ਵੀ ਹੋਣੇ ਤੇ ਬਹੁਤ ਵੱਡਾ ਸਾਰਾ ਖੁਸ਼ਹਾਲ ਰੈਵਨਿਊ ਵਾਈਜ਼ ਵੀ ਬਹੁਤ ਹੈ ਰੈਵਨਿਊ ਵਾਈਜ਼ ਜੈ ਤੇ ਉਦੋਂ ਕਹਿੰਦੇ ਸੀ ਲੋਕਾਂ ਨੇ ਪਰ ਕੱਲ ਜਿਹੜ ਉਹਨਾਂ ਨੇ ਜੀ ਜਿਹੜੇ ਗ੍ਰੰਥੀ ਨੇ ਇਹ ਕੀਤਾ ਸੀ ਜੀ ਜਾਂ ਜਿਹੜੀ ਉਹਦੇ ਨਾਲ ਦੇ ਬੰਦੇ ਸੀ ਸਾਰੇ ਮੁੱਖ ਗ੍ਰੰਥੀ ਹਮ ਗ੍ਰੰਥੀ ਤਬਲਾਬਾਦ ਕ ਇਹਨਾਂ ਨੂੰ ਸਾਰਿਆਂ ਨੂੰ ਜਿਹੜਾ ਹੈਗਾ ਛੇਕਤਾ ਛੇਕਤਾ ਪੰਥ ਚੋਂ ਨਹੀਂ ਛੇਕਿਆ ਇਹਨੂੰ ਛੇਕਤਾ ਵੀ ਤੁਸੀਂ ਨਹੀਂ ਕਰ ਸਕੋਗੇ ਅਨੰਦਕਾਰ ਚ ਪੰਜ ਸਾਲਾਂ ਲਈ ਬਲੈਕਲਿਸਟ ਪੰਜ ਸਾਲਾਂ ਲਈ ਬਲੈਕਲਿਸਟ ਬਲੈਕਲਿਸਟ ਕਰਤਾ ਤੇ ਜਿਹੜੀ ਗੁਰਦੁਆਰਾ ਕਮੇਟੀ ਹੈ ਹਮ ਹਮ ਜ਼ਿੰਮੇਵਾਰੀ ਉਹ ਤੇ ਵੀ ਪਾਤੀ ਉਹ ਤੇ ਵੀ ਪਾਤੀ ਬੇਪਾਹੀ ਤੁਸੀਂ ਤੁਸੀਂ ਕੀ ਕਰਦੇ ਸੀ ਤੁਸੀਂ ਕਰਦੇ ਸੀ ਜੇ ਤੁਹਾਡੇ ਗੁਰਦੁਆਰਾ ਸਾਹਿਬ ਚ ਤੁਹਾਡੇ ਪ੍ਰਬੰਧ ਦੇ ਥੱਲੇ ਆਹ ਕੁਝ ਹੋ ਰਿਹਾ ਹੈ ਤੇ ਇਹ ਤਾਂ ਬਹੁਤ ਮਾੜੀ ਗੱਲ ਹੈ ਵੀ ਸੇਮ ਸੈਕਸ ਵਾਲੀ ਕੁੜੀਆਂ ਦਾ ਕੁੜੀਆਂ ਨਾਲ ਕੁੜੀ ਦਾ ਕੁੜੀ ਨਾਲ ਵਿਆਹ ਕਰਾ ਦਿਓ ਕੱਲ ਨੂੰ ਫਿਰ ਕਹਿੰਦੇ ਕੋ ਮੁੰਡੇ ਦਾ ਮੁੰਡੇ ਨਾਲ ਵਿਆਹ ਕਰਾ ਦੇਗੇ ਇਹ ਜਰੂਰ ਕੱਢੋਗੇ ਤੁਸੀਂ ਸਾਡੇ ਧਰਮ ਦੀ ਕੰਮ ਦਾ ਹਾਂ ਉਹਨਾਂ ਦੇ ਨਾਲ ਦੀ ਨਾਲ ਹੀ ਮਤਲਬ ਜਿਹੜਾ ਹੈਗਾ ਉਸ ਕਮੇਟੀ ਨੂੰ ਵੀ ਦਾਗੀ ਕਰਾ ਦੇਤਾ ਔਰ ਦਾਗੀ ਕੀ ਕਰਾ ਦੇਗਾ ਤਾਂ ਉਮਰ ਇਹ ਪ੍ਰਬੰਧ ਕਹ ਜਿਹੜੇ ਚੋਣ ਨਹੀਂ ਲੜ ਸਕਦੇ ਚੋਣ ਨਹੀਂ ਲੜ ਸਕਦੇ ਗੁਰਦੁਆਰਾ ਪ੍ਰਬੰਧ ਚ ਨਹੀਂ ਹੋਣਗੇ ਅੱਛਾ ਪਰ ਜਿਹੜੀ ਘਰੋਂ ਭੇਜ ਤੇ ਘਰੋਂ ਭੇਜ ਤੇ ਜਿਹੜੀ ਤਸੱਲੀ ਬਖਸ਼ ਗੱਲ ਹੋਈ ਹੂੰ ਤਸੱਲੀ ਬਖਸ਼ੀ ਗੱਲ ਹੋਈ ਉਹਨਾਂ ਨੇ ਸੰਗਤ ਨੂੰ ਹੁਕਮ ਦਿੱਤਾ ਹੂੰ ਸਲਾਹ ਦਿੱਤੀ مشورہ ਦਿੱਤਾ ਕਿ ਸੰਗਤ ਆਪਣੀ ਨਮੀਕ ਬੇਟੀ ਚੁਣ ਲੇ ਚਲੋ ਇਹਦੇ ਜੀ ਮਤਲਬ ਐ ਵੀ ਕਿ ਜਿਹੜੇ ਪਹਿਲਾਂ ਇਲਜ਼ਾਮ ਲੱਗਦੇ ਸੀ ਨਾ ਜੀ ਇਹ ਸਾਨੂੰ ਤਾਂ ਪਾਸੇ ਕੀਤਾ ਜਾ ਰਿਹਾ ਜੀ ਵੀ ਤਾਂ ਗੁਰਦੁਆਰੇ ਤੇ ਕਬਜ਼ਾ ਕਰਨਾ ਜੀ ਤਾਂ ਆਮਦਨ ਤੇ ਨਿਗਾਹ ਕੋਈ ਆਮਦਨ ਵਾਲੀ ਗੱਲ ਨਹੀਂ ਉਹਨਾਂ ਨੇ ਜਿਹੜੀ ਹੈਗੀ ਆਪਣੀ ਜਿਹੜੀ ਸਿੱਖ ਰਹਿਤ ਮਰਿਆਦਾ ਇਹ ਕਹੇ ਕਿ ਸਿੱਖ ਰਹਿਤ ਮਰਿਆਦਾ ਦੀ ਇਹ ਗੱਲ ਵੀ ਠੀਕ ਹੈ ਵੀ ਤੁਸੀਂ ਕੰਮ ਹੋਰ ਕਰੀਓ ਸੁੱਕੀ ਲੀਡਰੀ ਨੂੰ ਸੁੱਕੀ ਬਾਹ ਬਾਈ ਨੂੰ ਤੇ ਤੁਸੀਂ ਕਹਿੰਦੇ ਮੈਂ ਤਾਂ ਪ੍ਰਧਾਨ ਹੈ ਤੇ ਕੰਮ ਕੋਈ ਕਰੋ ਨਾ ਤੁਸੀਂ ਤੇ ਫਿਰ ਤੁਸੀਂ ਕਹਿੰਦੇ ਸਾਡੇ ਕੋਲ ਤਾਂ ਟਾਈਮ ਨਹੀਂ ਸੀ ਤਾਂ ਗ੍ਰੰਥੀ ਨੂੰ ਕਹਿੰਦਾ ਵੀ ਤੂੰ ਹੀ ਮੈਨੇਜਰ ਤੂੰ ਹੀ ਸਾਰਾ ਕੁਝ ਸਾਰਾ ਸਾਰਾ ਕੁਝ ਬਿਲਕੁਲ ਹਾਂ ਬਟ ਇੱਕ ਹੋਰ ਕੇਸ ਆ ਉਹ ਇਸਟੇਟ ਦੇ ਤੇ ਗੁਰੂ ਘਰੀ ਹੈ ਨਹੀਂ ਸੀ ਦੇਖ ਲਓ ਦਾਨੇ ਵਾਲਿਆ ਸਾਹਿਬ ਉਹ ਵੀ ਇੱਕ ਬਹੁਤ ਵੱਡਾ ਸਕੈਂਡਲ ਹੈ ਹੂੰ ਇਹ ਸਕੈਂਡਲ ਜਿਹੜਾ ਸਭ ਤੋਂ ਪਹਿਲਾਂ ਚੰਡੀਗੜ੍ਹ ਬੇਨਕਾਬ ਹੋਇਆ ਬੇਨਕਾਬ ਹੋਇਆ ਸੀ ਚੰਡੀਗੜ੍ਹ ਕੀ ਹੁੰਦੀ ਵੀ ਘਰੋਂ ਭੱਜੇ ਜੋੜੇ ਕੁੜੀਆਂ ਮੁੰਡੇ ਘਰੋਂ ਭੱਜ ਕੇ ਜਾ ਕੇ ਵਿਆਹ ਕਰਵਾ ਲੈਂਦੇ ਜਿਹੜਾ ਜ਼ਿੰਮੇਵਾਰ ਗਰੰਥੀ ਸਿੰਘ ਹੈ ਉਹਨੂੰ ਪਤਾ ਲੱਗ ਜਾਂਦਾ ਕਿ ਇਹ ਜੇ ਮਾਂ ਨਹੀਂ ਪਿਓ ਨਹੀਂ ਨਾਲ ਕੋਈ ਹੋਰ ਨਹੀਂ ਆ ਨਾਲ ਜਿਹੜੇ ਕੁੜੀਆਂ ਮੁੰਡੇ ਤੁਰੇ ਫਿਰਦੇ ਨੇ ਇਹਨਾਂ ਦੇ ਨਾਲ ਦੇ ਹੀ ਹੂੰ ਹੂੰ ਉਹ ਜਵਾਬ ਦੇ ਦਿੰਦੇ ਸੀ ਭਾਈ ਆਪਦੇ ਮਾਪਿਆਂ ਨੂੰ ਰੱਖਿਓ ਹੂੰ ਹੂੰ ਫਿਰ ਉੱਥੇ ਮੇਰੇ ਵਰਗਾ ਮਿਲ ਗਿਆ ਇੱਕ ਹੂੰ ਉਹ ਵਕੀਲ ਕਰ ਲੈਂਦੇ ਆ ਨਾ ਵੀ ਵਕੀਲਾਂ ਨਾਲ ਵੀ ਉੱਤੇ ਨੈਕਸਸ ਹੈ ਨੈਕਸਸ ਹੈ ਦਿੱਲੀ ਪਟੜਦਾ ਫਾਸ਼ ਹੋਇਆ ਇਸ ਚੀਜ਼ ਦਾ ਨਾ ਦਿੱਲੀ ਕਿ ਆਪਣੇ ਚੰਨੀ ਗੜੀ ਹੋਇਆ ਸੀ ਇਹ ਨੈਕਸਸ ਸੀ ਵੀ ਵਕੀਲ ਕਹਿੰਦਾ ਚਲੋ ਕੋਈ ਨਹੀਂ ਆਪਾਂ ਸਾਰਾ ਕੰਮ ਹੀ ਕਰਾ ਦੇਾਂਗੇ ਥੋੜਾ ਵਿੱਚ ਹੀ ਕਰਾ ਦੇਾਂਗੇ ਠੇਕਾ ਕਰ ਠੇਕਾ ਕਰ ਲੋ ਜਿਹੜਾ 11000 21000 ਲੈਣਾ ਥੋੜਾ 1 ਲੱਖ 21000 ਹੋ ਜਾਊਗਾ ਨਿੱਕੇ ਵਕੀਲ ਵਾਲੇ ਵੱਡੇ ਨਹੀਂ ਜਿਹੜੇ ਆਪਾਂ ਕਹਿ ਸਕਦੇ ਵੀ ਜਿਨ੍ਹਾਂ ਦੇ ਨਾਂ ਉਹ ਨਹੀਂ ਉਹ ਨਹੀਂ ਦੂਜੇ ਦੇ ਵਿਚਾਰੇ ਦਾਈਬ ਰਾਈਟਰ ਵਾਲੇ ਹਾਂ ਵੀ ਲਿਆਓ ਅਸੀਂ ਤੁਹਾਡਾ ਸਾਰਾ ਕੰਮ ਹੀ ਕਰਾ ਦਨੇ ਆਂ ਆਪਾ ਕਰਵਾਦਨੇ ਨਾਲੇ ਨੰਦਕਾਰਜ ਕਰਵਾਦਿਆਂਗੇ ਸਰਟੀਫਿਕੇਟ ਮਿਲ ਜੂਗਾ ਸਾਰਾ ਕੁਝ ਉਹਨਾਂ ਨੇ ਜੀ ਉੱਥੇ ਨਾ ਇੱਕ ਛੋਟਾ ਜਿਹਾ ਘਰ ਦੇ ਉੱਤੇ ਹੀ ਮਤਲਬ ਮੇਰੇ ਵਰਗੇ ਨੇ ਲਾਇਸੈਂਸ ਨਿਸ਼ਾਨ ਸਾਹਿਬ ਹੂੰ ਹੂੰ ਤੇ ਉੱਥੇ ਹੀ ਆਪਦੇ ਨੇ ਪੈਰਟੀਸਿਪਲ ਕੀਤੀ ਉਹਨੇ ਗੁਰਦੁਆਰਾ ਸਾਹਿਬ ਦਾ ਆਪਦਾ ਹੀ ਨਾਮ ਰੱਖ ਕੇ ਤੇ ਉਥੋਂ ਸਰਟੀਫਿਕੇਟ ਜਾਰੀ ਕਰੀ ਗਏ ਹੂੰ ਉਹ ਜਿਹੜਾ ਤੀਜੇ ਕਿ ਦਿਨ ਹੋ ਜਾ ਕਰਨ ਦੀ ਪ੍ਰੋਟੈਕਸ਼ਨ ਦਿਓ ਮਾਪਿਓ ਤੋਂ ਡਰ ਰਹੇ ਦੀ ਸਾਨੂੰ ਤਾਂ ਖਤਰਾ ਹੈ ਸਾਨੂੰ ਪ੍ਰੋਟੈਕਸ਼ਨ ਦਿਓ ਅਦਾਲਤ ਚ ਆ ਜਾ ਕਰਨ ਉਹ ਦੇਖੀ ਤੇ ਦੇਖੀ ਕਿ 5 4 10 15 20 ਕ ਜਦੋਂ ਸਰਟੀਫਿਕੇਟ ਹੋ ਗਏ ਇੱਕੋ ਕਰਦੇ ਹਾਂ ਕੋ ਨੇ ਜੀ ਕੋ ਕਰਦੇ ਨਹੀਂ ਇੱਕੋ ਗੁਰਦੁਆਰੇ ਦੇ ਗੁਰਦੁਆਰੇ ਉਹੀ ਮੈਂ ਕਹਿੰਦਾ 100 ਕਾਲ ਗੁਰਦੁਆਰੇ ਦਾ ਤਾਂ ਉਹਦਾ ਹੋਇਆ ਕੀ ਕਿ ਕੋਈ ਜੱਜ ਸਾਹਿਬ ਜਿਹੜੇ ਸੀਗੇ ਜਿਹੜੇ ਉਹਨਾਂ ਨੇ ਕਿਹਾ ਯਾਰ ਦੇਖੀ ਤਾਂ ਸੀ ਇੱਕ ਇੱਕੇ ਇੱਕੇ ਥਾਂ ਤੋਂ ਆਉਂਦੇ ਉਹਨਾਂ ਨੇ ਕਿਹਾ ਜੀ ਦੀ ਪੜਤਾਲ ਕਰੋ ਪੜਤਾਲ ਦਾ ਹੁਕਮ ਹੋ ਗਿਆ ਜੀ ਉਹ ਸਾਰਾ ਸਕੈਂਡਲ ਬੇਨਕਾਬ ਹੋ ਗਿਆ ਸੀ ਹੂੰ ਹੂੰ ਉਹ ਤੋਂ ਬਾਅਦ ਫਿਰ ਆਪਣੇ ਪਰਮਜੀਤ ਸਿੰਘ ਢਾਲੀਵਾਲ ਹੁੰਦੇ ਸੀ ਉਹਨਾਂ ਨੇ ਤਾਂ ਜਮੇ ਹੀ ਚੱਕਦੇ ਸੀ ਨਾ ਫੱਟੇ ਉਹ ਤਾਂ ਕਹਿੰਦੇ ਸੀ ਕਹਿੰਦੇ ਯਾਰ ਇਹ ਗੱਲ ਕਿੱਧਰ ਹੈ ਬੀ ਜਿਹੜਾ ਹੈਗਾ ਕੋਈ ਬੰਦਾ ਭੱਜ ਕੇ ਆ ਜਾਂਦਾ ਉਹ ਕੋਈ ਮੁੰਡਾ ਤੇ ਕੁੜੀ ਚਲੇ ਗਈ ਹੂੰ ਉਹਨਾਂ ਨੇ ਦੇਖਿਆ ਕੁੜੀ ਵੱਲ ਵੀ ਕੁੜੀ ਜਿਹੜੀ ਹੈਗੀ ਐ ਇਹਦੀ ਜਿਹੜੀ ਹੈ ਚੇਨ ਚੱਕਰ ਇਹਦਾ ਰਹਿਣ ਸਹਿਣ ਦੀ ਜਿਹੜੀ ਹੈਗੀ ਬਾਡੀ ਲੈਂਗੁਏਜ ਇਹ ਦੱਸਦੀ ਐ ਕਿ ਚੰਗੇ ਕਰਦੀ ਐ ਚੰਗੇ ਕਰਦੀ ਐ ਤੇ ਮੁੰਡਾ ਜਹੰਗਾ ਨੱਪਣ ਵਾਲਾ ਹੋਣਾ ਬੋਲਦੀਆਂ ਕਿ ਨੱਥੀਆਂ ਵਾਲਾ ਉਹ ਜੱਜ ਸਾਹਿਬ ਨੂੰ ਕਹਿੰਦੇ ਵੀ ਭਰਾਵਾ ਗੱਲ ਇਹ ਐ ਤੂੰ ਐ ਕਰ ਹੂੰ ਪਹਿਲਾਂ ਤੂੰ ਇਹ ਦੱਸ ਸੋ ਵੀ ਇਹਦੇ ਨਾਲ ਵਿਆਹ ਤਾਂ ਕਰਵਾ ਲੇਗਾ ਤੇ ਤੇਰੀ ਤੇਰੀ ਜੇਬ 'ਚ ਤੇਰੇ ਕੋਈ ਪੂੰਜੀ ਕੀ ਐ ਹਾਂ ਉਹਦੀ ਜਿਹੜੀ ਇਹਦੀ ਮਤਲਬ ਜਿਹੜੇ ਜੀਵਨ ਨਿਰਵਾ ਜਿਹੜਾ ਦਾ ਹੁਣਾਂ ਦਾ ਕਿਵੇਂ ਕਰੇਗਾ ਇਹ ਪੈਣਾ ਲੈ ਕੇ ਤੂੰ ਦੱਸ ਤੇਰਾ ਫੇਰ ਕਰਾਂਗੇ ਪ੍ਰੋਟੈਕਸ਼ਨ ਦੇ ਨਾਲੀ ਗੱਲ ਘਰ ਨੂੰ ਦੁਰ ਜਾ ਮਤਲਬ ਕਈ ਜੱਜ ਸਾਹਿਬ ਵੀ ਇਸ ਕਿਸਮ ਦੇ ਫੈਸਲੇ ਚੰਗੇ ਕਰ ਲੈਂਦੇ ਇਹ ਜਿਹੜਾ ਇੱਥੋਂ ਵਾਲਾ ਸੀ ਉਹਨੇ ਤਾਂ ਮਾਂ ਦੇ ਪੁੱਤ ਨੂੰ ਉਹ ਕੰਮ ਕਿਤੇ ਹੋਰ ਕਰਦਾ ਸੀ ਗੁਰਦੁਆਰੇ ਚ ਤੇ ਉਹਨੇ ਉਹ ਚੰਡੀਗੜ੍ਹ ਵਾਲੇ ਤੋਂ ਡਰ ਗਿਆ ਵੀ ਕਿਤੇ ਮੇਰੇ ਤੇ ਨਾ ਆ ਜੇ ਤੇ ਉਹਨੇ ਲੈਟਰ ਪੈਡ ਵਗੈਰਾ ਚਪਾ ਲੈ ਪੰਜ ਚਾਰ ਗੁਰਦੁਆਰਿਆਂ ਦੀ ਇਹ ਤਾਂ ਬਟਲ ਬਡਾ ਕੰਪਨੀ ਬਡਾ ਕੰਮ ਨਹੀਂ ਆ ਤੇ ਉਹ ਮਤਲਬ ਉਹਨੇ ਸਰਟੀਫਿਕੇਟ ਜਾਰੀ ਕਰਤੇ ਜਦੋਂ ਪਤਾ ਲੱਗਿਆ ਕਿਸੇ ਨੂੰ ਉਹਨਾਂ ਨੇ ਜੋ ਪਾਲਿਆ ਵੀ ਇੱਕ ਨਹੀਂ ਦੋ ਨਹੀਂ ਤਾਂ ਕਈ ਸਰਟੀਫਿਕੇਟ ਜਾਰੀ ਹੋਏ ਤੇ ਫਿਰ ਮੁਕਰ ਗਿਆ ਹੂੰ ਹੂੰ ਕਹਿੰਦਾ ਮੇਰੇ ਦਸਕਤ ਨਹੀਂ ਦਸਕਤ ਨਹੀਂ ਮੇਰਾ ਕਿੱਥੇ ਮੇਰਾ ਕਿੱਥੇ ਹੈ ਇਹ ਮਤਲਬ ਜਦੋਂ ਤੁਸੀਂ ਧਰਮ ਕਰਮ ਨੂੰ ਜਾਂ ਜਿਹੜੀਆਂ ਸਾਡੀਆਂ ਧਾਰਮਿਕ ਕਰਵਤਾਂ ਇਹਨੂੰ ਬਿਜ਼ਨਸ ਦੇ ਵਿੱਚ ਤਬਦੀਲ ਕਰੋਗੇ ਤਾਂ ਫਿਰ ਇਹੇ ਜੇ ਦੁਕਾਨਤ ਵਾਪਰਦੇ ਜੀ ਸੋ ਥਿਲੋ ਸੰਭੇ ਦੇ ਨਾਲ ਸਮਾਜ ਦੇ ਵਿੱਚ ਮੈਨੂੰ ਇੱਕ ਬੜੀ ਵਿਧੀਆ ਇਹ ਜਿਹੜੀ ਮੂਵ ਆਈ ਹੈ ਬੜੀ ਧੇਰਵਾਦ ਆਪਾਂ ਇਹ ਕੰਨੇ ਫੈਸਲਾ ਹੈ ਤੇ ਸਿੱਖ ਕੌਮ ਦੇ ਜਿਵੇਂ ਤੁਸੀਂ ਵੀ ਸਲਾਹਤਾ ਕੀਤੀ ਹੈ ਸੁਖ ਦਾ ਸਾਹ ਦਾ ਵੀ ਨਜ਼ਰ ਆ ਰਿਹਾ ਹੈ ਕਿਸੇ ਨਾ ਕਿਸੇ ਤਰੀਕੇ ਨਾਲ ਮਾਪਿਆਂ ਦੀ ਚਿੰਤਾ ਵੀ ਘਟੀ ਹੈ ਕਿ ਲੱਗਦਾ ਕਿ ਪੂਰਨ ਤੌਰ ਦੇ ਉੱਤੇ ਲਾਗੂ ਵੀ ਹੋ ਜਾਊਗਾ ਜਿਵੇਂ ਪਹਿਲਾਂ ਦੇਖੋ ਗੱਲ ਇਹ ਆ ਵੀ ਸਿੰਘ ਸਾਹਿਬਾਨ ਨੇ ਹੁਣ ਆਪ ਤਾਂ ਕੋਈ ਡੰਗ ਫੜ ਕੇ ਲਾਗੂ ਨਹੀਂ ਕਰਾਉਣਗੇ ਬਿਲਕੁਲ ਉਹਨਾਂ ਤਾਂ ਸਾਡੀ ਇੱਕ ਸੁਪਰੀਮ ਜਿਹੜੀ ਹੈ ਅਥਾਰਟੀ ਹੈ ਹਮ ਹਮ ਅਕਾਲ ਤਖਤ ਸਭ ਉਥੋਂ ਹੋਇਆ ਵਾ ਹੁਕਮਨਾਮਾ ਉਹ ਸਾਰੇ ਸਿੱਖਾਂ ਲਈ ਮੰਨਣਯੋਗ ਹੈ ਜੀ ਔਰ ਉਹਨੂੰ ਲਾਗੂ ਕਰਵਾਉਣ ਵਾਸਤੇ ਵੀ ਹਮ ਹਮ ਜਿਹੜੀ ਹੈ ਉਹ ਸਿੱਖਾਂ ਨੂੰ ਕੰਮ ਕਰਨਾ ਪੈਣਾ ਜੀ ਇਹ ਤਾਂ ਜਿਹੜੀਆਂ ਕਮੇਟੀਆਂ ਐ ਜਿਹੜੇ ਮੋਤਬਰ ਬੰਦੇ ਐ ਜੇ ਉਹਨਾਂ ਦੇ ਧਿਆਨ ਵਿੱਚ ਆਉਂਦਾ ਤਾਂ ਨਾਲ ਦੀ ਨਾਲ ਇਹਦਾ ਹਵਾਲਾ ਦੇਣ ਹਮ ਹਮ ਔਰ ਉਹਦੇ ਵਿੱਚ ਜਿਹੜੇ ਲੋਕ ਇਹ ਕੰਮ ਕਰਨਗੇ ਅਨੰਦਕਾਰਜ ਵਗੈਰਾ ਕਰਵਾਉਣਗੇ ਉਹਨਾਂ ਨੂੰ ਫਿਰ ਛੇਕਿਆ ਵੀ ਜਾ ਸਕਦਾ ਪੰਚ ਤੋਂ ਕਿਉਂਕਿ ਮੇਰਾ ਨਹੀਂ خیال ਵੀ ਕੋਈ ਮਤਲਬ ਬਹੁਤ ਜਿਆਦਾ ਜੇ ਆਪਾਂ ਕਹਿ ਜੀਏ ਮੌਕਾ ਪ੍ਰਸਤ ਖੁਦਗਰਜ਼ ਬੰਦਾ ਹੋਵੇ ਲਾਲਚੀ ਹੋਵੇ ਉਹ ਇਹ ਜੇ ਕੰਮ ਕਰ ਲੈ ਲਈ ਨਹੀਂ ਤਾਂ ਜਿਹੜਾ ਅਕਾਲ ਤਖਤ ਤੋਂ ਆਦੇਸ਼ ਜਾਰੀ ਹੁੰਦਾ ਜੀ ਜੀ ਉਹ ਆਦੇਸ਼ ਦੀ ਪਾਲਣਾ ਕਰਨੀ ਪੈਂਦੀ ਹੈ ਆਪਾਂ ਦੇਖਿਆ ਜਿਨ੍ਹਾਂ ਨੇ ਪਾਲਣਾ ਨਹੀਂ ਕੀਤੀ ਉਹ ਹਾਲ ਕੀ ਹੋਇਆ ਹਾਲ ਕੀ ਹੋਇਆ ਨਾ ਕਹਿੰਦੇ ਜੋ ਮਰਜੀ ਕੀਤਾ ਇਹ ਅਕਾਲ ਤਖਤ ਉਹ ਸਕਾਲ ਤਖਤ ਦੇ ਉੱਤੇ ਕੋਈ ਬੈਠਾ ਹੋਵੇ ਗਿਆਨੀ ਗੁਰਮੁਖ ਸਿੰਘ ਹੋਰਾਂ ਦੀ ਉਹ ਵੀਡੀਓ ਵਾਰ-ਵਾਰ ਯਾਦ ਆ ਰਹੀ ਹੈ ਜਦੋਂ ਕਹਿੰਦੇ ਜੀ ਮੈਂ ਮਰਹੂਮ ਬਾਦਲ ਸਾਹਿਬ ਹੁਣ ਰਹਿ ਨਹੀਂ ਰਹੇ ਇਸ ਵਿੱਚ ਮੈਂ ਕਹੇ ਸੀ ਜੀ ਸਾਨੂੰ ਉੱਥੇ ਹੀ ਹੁਕਮ ਭੇਜ ਦਿਆ ਕਰੋ ਤਖਤਾਂ ਦੇ ਸਿੰਘ ਸਹਿਬਾਨ ਨੂੰ ਘਟੋ ਘਟ ਜਿਹੜਾ ਸਰਕਾਰੀ ਤਖਤ ਤੇ ਨਾ ਤਲਬ ਕਰਾਇਆ ਤਲਬ ਕਰਾਇਆ ਇਹ ਕਿਉਂਕਿ ਅਕਾਲ ਤਖਤ ਦੀ ਉਲੰਘਣਾ ਕਰ ਜੀਨੇ ਵੀ ਕੀਤੀ ਹੈ ਉਹਨਾਂ ਦਾ ਉਹ ਦਿਲ ਤਾਂ ਤਰਫ ਦਾ ਸੀ ਨਾ ਉਹ ਬੰਦੇ ਜਿਹੜੇ ਬੈਠੇ ਸੀ ਕਿਉਂਕਿ ਉਵੇਂ ਹੀ ਅਗਲਾ ਜੋ ਮਰਜੀ ਹੈ ਸੱਚਾ ਅੰਦਰੋਂ ਤਾਂ ਬੋਲਦਾ ਹੀ ਨਹੀਂ ਦੇਖੋ ਗੱਲ ਜਿਹੜਾ 24 ਘੰਟੇ ਦੀ ਨੇ ਮਤਲਬ ਇਹ ਰਹਿਣਾ ਹੀ ਉੱਥੇ ਸੀ ਹੂੰ ਹੂੰ ਉਹ ਤਾਂ ਤਖਤ ਇਹਨਾਂ ਐਕਟਿੰਗ ਦੇ ਸਿਹਾਰ ਸੀ ਨਾ ਉਹ ਆਪਣੇ ਦੇ ਦਮਦਮਾ ਸਾਹਿਬ ਦੇ ਜੀ ਤੋ ਫਿਰ ਚਲੋ ਮਨੇਜ ਤੱਕ ਕਰ ਜਾਂਦੇ ਆ ਬਾਅਦ ਦੇ ਵਿੱਚ ਬੜਾ ਖੁਸ਼ ਹੋ ਗਿਆ ਸੀ ਹਾਂਜੀ ਹਾਂਜੀ ਸੋ ਪ੍ਰੋਗਰਾਮ ਚੱਲ ਰਿਹਾ ਜੀ ਸ਼ਮਾਦਾਨ ਤੇ ਜਿਹੜੇ ਵੀ ਸਾਡੇ ਨਾਲ ਇਸ ਵਕਤ ਫੇਸਬੁਕ ਪੇਜ ਅਤੇ YouTube ਚੈਨਲ ਤੇ ਜੁੜੇ ਨੇ ਉਹਨਾਂ ਨੂੰ ਗੁਜ਼ਾਰਿਸ਼ ਇਸ ਗੱਲਬਾਤ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਕਮੈਂਟ ਕਰੋ ਤੇ ਇਹ ਗੱਲਬਾਤ ਜਿਹੜੇ ਇਸ ਮੁੱਦੇ ਦੇ ਉੱਤੇ ਸਿੰਘ ਸਾਹਿਬਾਨ ਨੇ ਜੋ ਇਕੱਤਰਤਾ ਕਰਕੇ ਇੱਕ ਫੈਸਲਾ ਸੁਣਾਇਆ ਉਹਦੇ ਉੱਤੇ ਵੀ ਆਪਣੇ ਵਿਚਾਰ ਜ਼ਰੂਰ ਦਿਓ ਸੋ ਟੇਲਾ ਸਭ ਅੱਗੇ ਗੱਲਬਾਤ ਕਰਦੇ ਹਾਂ ਹੁਣ ਕਹਿੰਦੇ ਵੀ ਜੇ ਕੋਈ ਬਿਆਨ ਦਰਜ ਕਰਾਉਣਾ ਤਾਂ ਕਹਿੰਦੇ ਸਿੱਟ ਕੋਲੇ ਦਰਜ ਕਰਾਓ ਇਹ ਦਾਲਤੀ ਫੈਸਲਾ ਹੈ ਕਿਸ ਮਦਦੇ ਤੇ ਕਿਹੜੀ ਸਟ ਤੇ ਕੀ ਹੈ ਮਾਮਲਾ ਧਾਨੇਵਾਲ ਗਿਆ ਸਾਹਿਬ ਇਹ ਅਸਲ ਦੇ ਵਿੱਚ ਜਿਹੜੀ ਕੋਮਟ ਵਿਜੇ ਪ੍ਰਤਾਪ ਸਿੰਘ ਹੋਰਾ ਦਾ ਇੱਕ ਫੈਸਲਾ ਆਇਆ ਸੀ ਉਹਦੇ ਨਾਲ ਸੰਬੰਧਿਤ ਫੈਸਲਾ ਆਇਆ ਸੀ ਜੀ ਕਿਉਂਕਿ ਸੈਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਜਦੋਂ ਹੋਈਆਂ ਸੀ ਤੇ ਉਹ ਤੋਂ ਬਾਅਦ ਹਾਲਾਂਕਿ ਕਮਿਸ਼ਨ ਤਾਂ ਬਣਾ ਦਿੱਤਾ ਸੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਵੀ ਹੂੰ ਹੂੰ ਲੇਕਿਨ ਉਸ ਕਮਿਸ਼ਨ ਵੱਲੋਂ ਜਸਟਿਸ ਜੋਰਾ ਸਿੰਘ ਕਮਿਸ਼ਨ ਵੱਲੋਂ ਜਿਹੜੀ ਰਿਪੋਰਟ ਤਿਆਰ ਕੀਤੀ ਸੀ ਜੀ ਉਹ ਰਿਪੋਰਟ ਦਾ ਕੋਈ ਲੈਣ ਵਾਲਾ ਬੰਦਾ ਹੀ ਨਹੀਂ ਸੀ ਉਹ ਤਾਂ ਵਿਚਾਰੇ ਮਤਲਬ ਜਿਹੜਾ ਜਸਟਿਸ ਜੂਰਾ ਸਿੰਘ ਉੱਥੇ ਰੱਖ ਕੇ ਆ ਗਏ ਵੀ ਆ ਲੈ ਲੋ ਯਾਰ ਕੋਈ ਪਤਾ ਨਹੀਂ ਤੀਜੇ ਦਰਜਾ ਦਰਜਾ ਜਾਂ ਚੌਥੇ ਦਰਜੇ ਦਾ ਕੋਈ ਮੁਲਾਜ਼ਮ ਸੀ ਉਹਨੂੰ ਪੜਾ ਕੇ ਆ ਗਏ ਹਾਲਾਂਕਿ ਜਿਹੜਾ ਵੱਡਾ ਇਹ ਇੰਪੋਰਟੈਂਟ ਮਾਮਲਾ ਸੀ ਦੀ ਇੰਪੋਰਟੈਂਸ ਵਾਲਾ ਉਹਦੇ ਮੁਤਾਬਕ ਹੈ ਕਿ ਕੋਈ ਪੋਲੀਟੀਕਲ ਬੰਦਾ ਜਿਹੜਾ ਮੰਤਰੀ ਮੁੱਖ ਮੰਤਰੀ ਦੇ ਨਾਂ ਹੁੰਦਾ ਡਿਪਟੀ ਮੁੱਖ ਮੰਤਰੀ ਨਾ ਹੁੰਦਾ ਕੋਈ ਮੰਤਰੀ ਵਗੈਰਾ ਤਾਂ ਰਿਸਿਵ ਕਰਦਾ ਬਿਲਕੁਲ ਕਿਉਂਕਿ ਉਹ ਇੱਕ ਪਵਿੱਤਰ ਕਾਜ ਵਾਸਤੇ ਉਹਨਾਂ ਦੀ ਡਿਊਟੀ ਸੀ ਤੇ ਉਹਨਾਂ ਨੇ ਕੋਈ ਰਿਪੋਰਟ ਪੇਸ਼ ਕੀਤੀ ਸੀ ਪਰ ਉਹ ਨਹੀਂ ਹੋਇਆ ਬਾਦ ਚ 17 ਚ ਸਰਕਾਰ ਬਦਲ ਗਈ ਅਮਰਿੰਦਰ ਸਿੰਘ ਉਰੀ ਬਣ ਕੇ ਪੰਜਾਬ ਦੇ ਚੀਫ ਮਿਨਿਸਟਰ ਤੇ ਉਹਨਾਂ ਨੇ ਜਸਟਿਸ ਰਣਜੀਤ ਸਿੰਘ ਅਗਵਾਈ ਦੀ ਅਗਵਾਈ ਹੇਠ ਕਮਿਸ਼ਨ ਬਣਾਤਾ ਸੀ ਜੀ ਜਿਹਨੂੰ ਜਸਟਿਸ ਰਣਜੀਤ ਸਿੰਘ ਕਮਿਸ਼ਨ ਕਿਹਾ ਜਾਂਦਾ ਹੈ ਹਮਮ ਉਸ ਕਮਿਸ਼ਨ ਨੇ ਜਿਹੜੀ ਰਿਪੋਰਟ ਤਿਆਰ ਕੀਤੀ ਬੜੀ ਮਿਹਨਤ ਦੇ ਨਾਲ ਅੱਜ ਕੱਲ ਤਾਂ ਕਿਤਾਬ ਦੀ ਸ਼ਕਲ ਚ ਵੀ ਆ ਗਈ ਹੈ ਇੱਕ ਡਾਕੂਮੈਂਟ ਬਣ ਚੁੱਕਾ ਹੈ ਉਹਨਾਂ ਨੇ ਜਿਹੜੀ ਗੱਲ ਕੀਤੀ ਤੇ ਉਹਦੇ ਆਧਾਰ ਦੇ ਉੱਤੇ ਫਿਰ ਤੁਹਾਡੇ ਯਾਦ ਹੋਣਾ ਹੈ ਆਪਣੇ ਪੰਜਾਬ ਦੀ ਵਿਧਾਨ ਸਭਾ ਚ ਇੱਕ ਡਿਬੇਟ ਹੋਈ ਸੀ ਡਿਬੇਟ ਹੋਈ ਸੀ ਹਾਂ ਜੀ ਔਰ ਬੜੀ ਖਿੱਚਮੀ ਡਿਬੇਟ ਹੋਈ ਸੀ ਹੂੰ ਹੂੰ ਉਸ ਡਿਬੇਟ ਤੋਂ ਬਾਅਦ ਫਿਰ ਇਹ ਕੀਤਾ ਵੀ ਇੱਕ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣਾਈ ਜਾਵੇ ਜਿਹੜੀ ਇਹ ਸਾਰੇ ਮਾਮਲੇ ਤੇ ਕੋਕ ਕਰੇ ਜੀ ਤਾਂ ਉਸ ਪੰਜ ਜਿਹੜੀ ਪੰਜ ਮੈਂਬਰੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣਾਤੀ ਸੀ ਜਿਹਦੀ ਅਗਵਾਈ ਜਿਹੜੀ ਹੈਗੀ ਹੈ ਏ ਏ ਡੀ ਜੀ ਪੀ ਅੱਜ ਕੱਲ ਤਾਂ ਮੇਰੇ ਖਿਆਲ ਹੋ ਬਣ ਗਏ ਹੈ ਡੀ ਜੀ ਪੀ ਸਪੈਸ਼ਲ ਡੀ ਜੀ ਬਣ ਗਏ ਹੈ ਪ੍ਰਭੂਤ ਕੁਮਾਰ ਸੀ ਉਹਨਾਂ ਨੇ ਹਾਂ ਜੀ ਬਾਣ ਉਹ ਹਾਂ ਕੋਈ ਨਹੀਂ ਬਾਣ ਨਹੀਂ ਅੱਛਾ ਇੱਕ ਪ੍ਰਭੂਤ ਕੁਮਾਰ ਹੋਰ ਸੀ ਹਾਂ ਪ੍ਰਭੂਤ ਕੁਮਾਰ ਹੋਰ ਸੀ ਉਹਨਾਂ ਦੀ ਅਗਵਾਈ ਹੇਠ ਇੱਕ ਕਮੇਟੀ ਬਣਾਈ ਤੇ ਉਸ ਕਮੇਟੀ ਦੇ ਜਿਹੜੇ ਮੈਂਬਰ ਸੀ ਜੀ ਉਹਨਾਂ ਮੈਂਬਰਾਂ ਦੇ ਵਿੱਚ ਕੁਮਰ ਵਿਜੇ ਪ੍ਰਤਾਪ ਸਿੰਘ ਵੀ ਸੀ ਹੂੰ ਹੂੰ ਲਓ ਜੀ ਜਦੋਂ ਉਹਨਾਂ ਨੇ ਉਹ ਆਪ ਦੀ ਪੜਤਾਲ ਵਗੈਰਾ ਕਰਨ ਲੱਗੇ ਤੇ ਬਾਕੀ ਸਾਰੇ 4 ਮੈਂਬਰਾਂ ਨੇ ਇਨਕਲੂਡਿੰਗ ਜਿਹੜਾ ਉਹਨਾਂ ਦਾ ਮੁਖੀ ਸੀ ਹੂੰ ਹੂੰ ਉਹਨੇ ਦਸਖਤ ਕਰਨ ਤੋਂ ਇਨਕਾਰ ਕਰਤਾ ਹੂੰ ਹੂੰ ਤਾਂ ਜਿਹੜੀਆਂ 1 2 4 ਸ਼ੀਟਾਂ ਧਾਇਰ ਕੀਤੀਆਂ ਉਹ ਕੁਮਰ ਵਿਜੇ ਪ੍ਰਤਾਪ ਸਿੰਘ ਉਹਨਾਂ ਨੇ ਕੀਤੀਆਂ ਸੀ ਜੀ ਕੁੰਬਰਬਿਜੇ ਪ੍ਰਤਾਪ ਸਿੰਘ ਹੋਰਾਂ ਨੇ ਬਿਆਨ ਬਿਆਨ ਵਗੈਰਾ ਵੀ ਦਰਜ ਕੀਤੇ ਸੀ ਲੇਕਿਨ ਇਸ ਮਾਮਲੇ ਨੂੰ ਹਾਈ ਕੋਰਟ ਦੇ ਵਿੱਚ ਚੁਣੌਤੀ ਦਿੱਤੀ ਤੇ ਹਾਈ ਕੋਰਟ ਨੇ ਜਿਹੜੀਆਂ ਉਹ ਚਾਰ ਸ਼ੀਟਸ ਸੀਗੀਆਂ ਉਹਨਾਂ ਨੂੰ ਕਰਤਾ ਰੱਦ ਅੱਛਾ ਜੀ ਤੇ ਨਾਲ ਇਹ ਹੁਕਮ ਦਿੱਤਾ ਕਿ ਨਵੀਂ ਐਸਆਈਟੀ ਬਣਾਈ ਜਾਵੇ ਤੇ ਉਹਦੇ ਵਿੱਚ ਕੁੰਬਰਬਿਜੇ ਪ੍ਰਤਾਪ ਸਿੰਘ ਨਹੀਂ ਹੋਣਾ ਚਾਹੀਦਾ ਜਦੋਂ ਕੁੰਬਰਬਿਜੇ ਪ੍ਰਤਾਪ ਸਿੰਘ ਉਹਨਾਂ ਨੇ ਪ੍ਰੀਮਚੁਰ ਰਿਟਾਇਰਮੈਂਟ ਲਈ ਵਕਤ ਤੋਂ ਪਹਿਲਾਂ ਆਪਣੀ ਵੌਲੰਟਰੀ ਰਿਟਾਇਰਮੈਂਟ ਲਈ ਤੇ ਉਹਨਾਂ ਨੇ ਇਸ ਮਾਮਲੇ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਬਹੁਤ ਉਹਨਾਂ ਨੂੰ ਐਮ ਜਿਹੜਾ ਹੈਗਾ ਰਿਕਵੈਸਟ ਵੀ ਕੀਤੀ ਵੀ ਤੁਸੀਂ ਨਾ ਜਾਓ ਜੀ ਉਹਨੇ ਕਹਿੰਦਾ ਜੀ ਨਹੀਂ ਮੈਂ ਨਹੀਂ ਹੁਣ ਰਹਿ ਸਕਦਾ ਮੈਨੂੰ ਤੁਹਾਡੇ ਜਿਹੜਾ ਲਾ ਆਫਿਸ ਹੈ ਉਹਦੇ ਤੋਂ ਸਹਿਯੋਗ ਨਹੀਂ ਮਿਲਿਆ ਤੇ ਮੈਂ ਜਾਣਾ ਜਦੋਂ ਉਹਨਾਂ ਦਾ ਅਸਤੀਫਾ ਪ੍ਰਵਾਨ ਹੋ ਗਿਆ ਤੇ ਉਹਨਾਂ ਨੇ ਨਾਲ ਦੀ ਨਾਲ ਹੀ ਫਿਰ ਕੋਈ ਲਾ ਗ੍ਰੈਜੂਏਟ ਤਾਂ ਹੈਗੇ ਸੀ ਹੂੰ ਹੂੰ ਉਹਨਾਂ ਨੇ ਲਾਇਸੈਂਸ ਲੈ ਲੇ ਤੇ ਇਹ ਕਹਿੰਦਾ ਸੀ ਕਿ ਮੈਂ ਇਸ ਕੇਸ ਦੀ ਪੈਰ ਵੀ ਆਪ ਕਰੂੰਗਾ ਜੀ ਜਦੋਂ ਇਸੇ ਸਮੇਂ ਦੌਰਾਨ ਫਿਰ ਤੁਹਾਨੂੰ ਪਤਾ ਵੀ ਆਮ ਆਦਮੀ ਪਾਰਟੀ ਜਿਹੜੀ ਸਰਗਰਮ ਹੋ ਗਈ ਸੀ ਤੇ ਕੁਮਰ ਸਾਹਿਬ ਨੂੰ ਇਹਨਾਂ ਨੇ ਜੁਆਇਨ ਕਰਵਾ ਲਿਆ ਸੀ ਤੇ ਇਹਨਾਂ ਨੇ ਨਾਲ ਵਾਅਦਾ ਕੀਤਾ ਸੀ ਜੀ ਕਿ ਕੁਮਰਬੀ ਦੇ ਪ੍ਰਤਾਪ ਸਿੰਘ ਦੀ ਸਾਰੀ ਪੜਤਾਲ ਤੱਕ ਕੀਤੀ ਹੋਈ ਹੈ ਬਸ ਕੰਮ ਹੀ ਅੱਗੇ ਕਰਨਾ ਥੋੜਾ ਜਿਹਾ ਬਟਨ ਹੀ ਤਾਂ ਬਣਾਇਆ ਹਾਂ ਤੇ ਇਹਨਾਂ ਨੂੰ ਤੁਸੀਂ ਵੇਖੋ ਸੀ ਸਾਡੇ ਕੋਲੇ ਆਉਣ ਦਿਓ ਤੇ ਜਿਤਾਓ ਤੁਸੀਂ ਤੇ ਬਾਕੀ ਕੰਮ ਸਾਰਾ ਸੀ ਆਪ ਹੀ ਕਰ ਦਿਆਂਗੇ ਗ੍ਰਹਿ ਮੰਤਰੀ ਤੱਕ ਦੀ ਗੱਲ ਵੀ ਕਹਿਤੀ ਸੀ ਵੀ ਇਹਨਾਂ ਨੂੰ ਹੀ ਬਣਾ ਦੇਾਂਗੇ ਜੀ ਤੁਸੀਂ ਇਹ ਦੇਖੋ ਕਿ ਉਸ ਵੇਲੇ ਜਦੋਂ ਲੜਾਈ ਲੜਦੇ ਹੁੰਦੇ ਸੀ ਇਹ ਦੋ ਵਿਅਕਤੀ ਉਹਦੇ ਸ਼ਹੀਦ ਹੋਏ ਸੀ ਜੀ ਇੱਕ ਤਾਂ ਭਾਈ ਕ੍ਰਿਸ਼ਨ ਭਗਵਾਨ ਸਿੰਘ ਹਾਂਜੀ ਤੇ ਦੂਸਰੇ ਸੀਗੇ ਗੁਰਜੀਤ ਸਿੰਘ ਹੂੰ ਹੂੰ ਕ੍ਰਿਸ਼ਨ ਭਗਵਾਨ ਸਿੰਘ ਮੇਰੇ ਖਿਆਲ ਸਰਾਮਾਪਿੰਡ ਦੇ ਸੀ ਹਾਂਜੀ ਤੇ ਗੁਰਜੀਤ ਸਿੰਘ ਸੀ ਨਿਆਮੀ ਵਾਲੇ ਨਿਆਮੀ ਵਾਲੇ ਕਿ ਨਿਆਮੀ ਵਾਲੇ ਦਾ ਇਹ ਸੀ ਇੱਕ ਨੇਮੇ ਇੱਕ ਨਿਆਮੀ ਵਾਲੀ ਦਾ ਸੀ ਕੋਨਾ ਚ ਹਾਂ ਦੋ ਬੰਦੇ ਸ਼ਹੀਦ ਹੋ ਗਏ ਸੀ ਹੂੰ ਹੂੰ ਉਦੋਂ ਆਪਾਂ ਨੂੰ ਪਤਾ ਹੈ ਵੀ ਜਿਹੜੇ ਕ੍ਰਿਸ਼ਨ ਭਗਵਾਨ ਸਿੰਘ ਦੇ ਸੁਪੁੱਤਰ ਹੈ ਉਹਨਾਂ ਦਾ ਨਾਂ ਕੀ ਹੈਗਾ ਹਾਂ ਕਾਫੀ ਐਕਟਿਵ ਜਿਹੜੇ ਹਾਂ ਹੁਣ ਬੈਠੇ ਨੇ ਬੈਠੇ ਹਾਂ ਹਾਂਜੀ ਹਾਂਜੀ ਚਲੋ ਦਿਮਾਗ ਚਾ ਗਿਆ ਹਾਂ ਦਿਮਾਗ ਚਾ ਗਿਆ ਉਹਨਾਂ ਨੇ ਮਤਲਬ ਪ੍ਰੇਸ ਕਰਦੇ ਹੁੰਦੇ ਸੀ ਕਿ ਕੁੰਬਰ ਵਿਜੇ ਪ੍ਰਤਾਪ ਸਿੰਘ ਬਹੁਤ ਵਧੀਆ ਕੰਮ ਕਰ ਰਿਹਾ ਬਹੁਤ ਵਧੀਆ ਕੰਮ ਕਰ ਰਿਹਾ ਲਓ ਜੀ ਹੁਣ ਇੱਕਦਮ ਚਿੰਚੈਤ ਆ ਕੇ ਉਹਨਾਂ ਨੇ ਇੱਕ ਐਪਲੀਕੇਸ਼ਨ ਦਿੱਤੀ ਉਹਨਾਂ ਨੇ ਤੇ ਕੁਝ ਹੋਰ ਬੰਦੇ ਨਹੀਂ ਅਦਾਲਤ ਚ ਐਪਲੀਕੇਸ਼ਨ ਦਿੱਤੀ ਅੱਛਾ ਜੀ ਕਹਿੰਦੇ ਜੀ ਕੁੰਬਰ ਵਿਜੇ ਪ੍ਰਤਾਪ ਸਿੰਘ ਨੇ ਤਾਂ ਦੋਸ਼ੀਆਂ ਨੂੰ ਤਾਂ ਬਣਾਤਾ ਗਵਾਹ ਅੱਛਾ ਤੇ ਗਵਾਹ ਨੂੰ ਦੋਸ਼ੀ ਬਣਾਤਾ ਅੱਛਾ ਉਲਟਾ ਕੰਮ ਕਰਤਾ ਉਲਟਾ ਕੰਮ ਕਰਤਾ ਜੀ ਕਹਿੰਦੇ ਤਾਂ ਇਹਨੇ ਬਹੁਤ ਕੰਮ ਕਰਤਾ ਜਿਹੜੇ ਪਹਿਲਾਂ ਨੂੰ ਚੰਗਾ ਕੰਮ ਕਰਦੇ ਚੰਗਾ ਕਹਿੰਦੇ ਸੀ ਇਹ ਬਾਣਾ ਕਿਵੇਂ ਵਾਪਰਿਆ ਫਿਰ ਹਾਂ ਹਾਂਜੀ ਵੀ ਇਹ ਤਾਂ ਜੀ ਬਹੁਤ ਮਾੜੀ ਗੱਲ ਹੋ ਗਈ ਹੈ ਅਸੀਂ ਤਾਂ ਇਹਦੇ ਤੇ ਨਹੀਂ ਜੀ ਸਾਡੇ ਬਿਆਨ ਦੁਬਾਰਾ ਲਿਖੇ ਜਾਣ ਦਾਨੇ ਵਾਲੀ ਸਭ ਕ੍ਰਿਮੀਨਲ ਹਿਸਟਰੀ ਦੇ ਵਿੱਚ ਮੈਂ ਤਾਂ ਇਹ ਤੋਂ ਪਹਿਲਾਂ ਨਹੀਂ ਕਦੇ ਸੁਣਿਆ ਵੀ ਜਿਹੜੇ ਇੱਕ ਵਾਲੀ ਬਿਆਨ ਲਿਖੇਗੇ ਦੁਬਾਰਾ ਤੋਂ ਫਿਰ ਤੇ ਦੁਬਾਰਾ ਫਿਰ ਬਿਆਨ ਲਿਖੇ ਜਾਣ ਹਮ ਇਸ ਗੱਲ ਦੇ ਉੱਤੇ ਕੁਮਰ ਵਿਜੇ ਪ੍ਰਤਾਪ ਸਿੰਘ ਨੇ ਵੀ ਅਰਜੀ ਦਿੱਤੀ ਹਮ ਉਹਦਾ ਜੀ ਮੈਨੂੰ ਵੀ ਮੇਰਾ ਵੀ ਪੱਖ ਸੁ ਇਸੇ ਸਮੇਂ ਦੌਰਾਨ ਜਿਹੜੇ ਗੁਰਜੀਤ ਸਿੰਘ ਹੋਰਾਂ ਦੇ ਪਿਤਾ ਜੀ ਆ ਸਾਧੂ ਸਿੰਘ ਹੂੰ ਹੂੰ ਉਹ ਆਪਦੇ ਘਰ ਦੇ ਵਿੱਚ ਹੀ ਗੁਰਜੀਤ ਸਿੰਘ ਹੋਰਾਂ ਦੀ ਵਰਸੀ ਮਨਾਉਂਦੇ ਜੀ ਤੇ ਉਹ ਉੱਥੇ ਕੁਮਰਜੀਤ ਪ੍ਰਤਾਪ ਸਿੰਘ ਐਤਕੀ ਗਏ ਚਲੇ ਗਏ ਹਾਂ ਉੱਥੇ ਜਾ ਕੇ ਕੁਮਰਜੀਤ ਪ੍ਰਤਾਪ ਸਿੰਘ ਨੇ ਜਿਹੜੇ ਉੱਥੇ ਚਿੱਠੇ ਫਰੋਲੇ ਕੱਚੇ ਚਿੱਠੇ ਦਾਨੇ ਵਾਲੀ ਸਭ ਉਹ ਵੀ ਧਿਆਨ ਮੰਗਦੇ ਅੱਛਾ ਉਹ ਕਹਿੰਦੇ ਵੀ ਇਹ ਮਾਮਲਾ ਜਿਹੜਾ ਹੈਗਾ ਨਾ ਕੁਝ ਅਫਸਰੇ ਹੋ ਜੇ ਆ ਪੰਜਾਬ ਦੀ ਪੁਲਿਸ ਦੇ ਵਿੱਚ ਜਿਹੜੇ ਅਫਸਰਾਂ ਨੇ ਕਹਿੰਦੇ ਪਹਿਲਾਂ ਬਾਦਲਾਂ ਦਾ ਬੇੜਾਗਰ ਕੀਤਾ ਫਿਰ ਕੈਪਟਨ ਦਾ ਬੇੜਾਗਰ ਕੀਤਾ ਤੇ ਹੁਣ ਸਾਡੀ ਸਰਕਾਰ ਦਾ ਵੀ ਬੇੜਾਗਰ ਕਰਨ ਤੇ ਲੱਗੇ ਹੋਏ ਅਗਲੀ ਗੱਲ ਉਹਨਾਂ ਨੇ ਬੜੀ ਵੱਡੀ ਕਹੀ ਥੀ ਜੀ ਉਹ ਕਹਿੰਦੇ ਜਿਹੜੀਆਂ ਹਾਰਦੀਆਂ ਊਰਜੀਆਂ ਹੋ ਰਹੀਆਂ ਨਾ ਜਿਹੜੀ ਇਹ ਜਿਹੜੀ ਜੋ ਕੁਝ ਜਿਹੜਾ ਕੋਟਕਪੂਰਾ ਗੋਲੀकांड ਨਿਕਲਿਆ ਤੇ ਜਿਵੇਂ ਜਿਹੜੇ ਬੰਦੇ ਦੇ ਇਨਵੋਲ ਹੋਏ ਇਹਦੀਆਂ ਜੜਾਂ ਲੈ ਕੇ ਜਾਓ ਤਾਂ ਕਹਿੰਦੇ ਜੀ ਬਹੁਤ ਦੂਰ ਤੱਕ ਜਾਂਦੀ ਹੈ ਜੀ ਤੇ ਦਾਨੀਅਲ ਗਿਆ ਸੋ ਫਿਰ ਉਹ ਆਰਬਿਟ ਕਾਂਡ ਤੇ ਚਲੇਗੀ ਅੱਛਾ ਆਰਬਿਟ ਕਾਂਡ ਤੇ ਹਾਂ ਪੀ ਜਿਹੜਾ ਆਰਬਿਟ ਕਾਂਡ ਹੋਇਆ ਸੀ ਆਰਬਿਟ ਕਾਂਡ ਦਾ ਅੰਡਰ ਦੀ ਟੇਬਲ ਜਿਹੜਾ ਕੰਪਰੋਮਾਈਜ਼ ਹੋਇਆ ਸੀ ਉਹ ਕਿਵੇਂ ਹੋਇਆ ਸੀ ਉਹ ਕਿਵੇਂ ਹੋਇਆ ਸੀ ਉਹ ਮੋਗੇ ਵਾਲਾ ਮੋਗੇ ਵਾਲਾ ਉਹ ਕਿਹਨੇ ਕਰਵਾਇਆ ਹੂੰ ਹੂੰ ਤੇ ਉਹ ਫਿਰ ਜਿਹੜਾ ਹੈਗਾ ਆਪਣਾ ਇੱਕ ਆਪਣਾ ਕਾਰੋਬਾਰੀ ਮਰੂਤੀਕਾਰਾਂ ਵਾਲਾ ਹਾਂਜੀ ਫਰੀਦਕੋਟ ਵਾਲਾ ਫਰੀਦਕੋਟ ਵਾਲਾ ਜੀ ਨੂੰ ਇਹਦੇ ਵਿੱਚ ਬਣਾਇਆ ਵਾ ਮੁੱਲ ਦੇ ਬਣਾਇਆ ਉਹ ਕਹਿੰਦੇ ਕੁੜੀ ਦਾ ਬਾਪ ਉਹਦੇ ਕੋਲੇ ਕੰਮ ਕਰਦਾ ਸੀ ਅੱਛਾ ਫਿਰ ਸਾਰੀ ਪੁਲਿਸ ਇਸ ਗੱਲ ਦੇ ਉੱਤੇ ਲੱਗੀ ਵੀ ਆਪਾਂ ਇਹ ਕੰਮ ਨਿਪਟਾਉਣਾ ਹੈ ਹੂੰ ਹੂੰ ਤੇ ਦਾਨੀਅਲ ਜੀ ਆਸਰ ਪਰ ਜਿਹੜੇ ਪੁਲਿਸ ਅਫਸਰਾਂ ਤੇ ਆਪਾਂ ਨਿਗਾਹ ਮਾਰ ਲੂ ਆਪਣੇ ਤਾਂ ਇਥੇ ਆਲੇ ਦੁਆਲੇ ਹੀ ਰਹਿ ਕੇ ਗਏ ਸਾਰਿਆਂ ਦੀ ਉਹਦੇ ਨਾਲ ਪੂਰੀ ਸਿੱਖੀ ਸੇਵਕੀ ਸੀ ਜੀ ਮੇਰੇ ਉਹਦੇ ਦਿਮਾਗ ਚੋਂ ਨਾ ਨਿਕਲ ਗਿਆ ਉਸ ਬੰਦੇ ਦਾ ਮਨੋਜ ਕੁਮਾਰ ਕੇ ਕੁਸ਼ਹ ਇਹ ਜਾਂ ਨਾ ਸੀ ਜਿੱਥੇ ਉਹ ਆਪਣੇ सुरेंद्र ਇਕਵਾਲ ਵੇ ਇਕਵਾਲ ਸਿੰਘ ਬਰਾੜ ਦੇ ਪੁੱਤਰ ਪਾਲੀ ਬਰਾੜ ਜੀ ਨੂੰ ਕਹਿੰਦੇ ਸੀ ਹਾਂ ਜੀ ਉਹਦੇ ਪੁੱਤਰ ਦਾ ਸੀ ਨਾ ਵੀ ਉਹਨੇ ਉਹਨਾਂ ਦੇ ਘਰੇ ਲੈ ਕੇ ਗੋਲੀਬਾਰੀ ਮਾਰ ਕੇ ਉਹ ਗੋਲੀਬਾਰੀ ਜਿਪਸੀ ਚ ਹਾਂ ਉਹ ਕਾਰਾਂ ਦੀ ਕੰਪਨੀ ਵਾਲਾ ਬੰਦਾ ਉਹ ਸੀ ਉਹਨਾਂ ਨੇ ਸਾਰਾ ਕੁਝ ਕਰਕੇ ਉਹ ਕਹਿੰਦੇ ਜੀ ਆ ਹੈ ਕਹਾਣੀ ਇਹਦੇ ਵਿੱਚ ਇਹ ਵੀ ਨਿੱਕੀ ਮੋਟੀ ਗੱਲ ਨਾਲ ਸਮਝੋ ਇਹਨੂੰ ਕਿਵੇਂ ਜਿਹੜਾ ਹੈਗਾ ਬੇਅਦਬੀ ਦੇ ਕੰਡ ਨੂੰ ਟੈਸਟ ਨੇਸ ਕੀਤਾ ਤੇ ਹੁਣ ਵੀ ਟੈਸਟ ਨੇਸ ਕੀਤਾ ਜਾ ਰਿਹਾ ਹੁਣ ਜਦੋਂ ਕੱਲ੍ਹ ਇਹ ਮਾਮਲਾ ਫੇਰ ਆ ਗਿਆ ਅਦਾਲਤ ਦੇ ਵਿੱਚ ਹਮ ਅਦਾਲਤ ਨੇ ਕਿਹਾ ਵੀ ਨਹੀਂ ਹਮ ਹਮ ਅਦਾਲਤ ਦਾ ਕੰਮ ਨਹੀਂ ਜੀ ਜੇ ਤੁਸੀਂ ਕੋਈ ਆਪਣਾ ਬਿਆਨ ਦਰਜ ਕਰਾਉਣਾ ਹੈ ਇਹ ਅਦਾਲਤ ਨੇ ਥੋੜਾ ਕਰਾਉਣਾ ਹੈ ਹਮ ਹਮ ਤੁਸੀਂ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਕੋਲ ਜਾਓ ਜੀ ਜਿਹੜੀ ਐਸਆਈਟੀ ਐਸ ਵੇਲੇ ਬਣੀ ਹੋਈ ਹੈ ਹਮ ਹਮ ਦੋ ਐਸਆਈਟੀਜ਼ ਬਣਿਆ ਹੋਣਗੇ ਇਕ ਤੈਲਕੇ ਯਾਦੂਪ ਸਿੰਘ ਦੀ ਗਵਾਈ ਵਾਲੀ ਬਣੀ ਤੇ ਦੂਜੀ ਨਾ ਉਹਨੇ ਹਲ ਸਿੰਘ ਹੋਰਾਂ ਦੀ ਗਵਾਈ ਵਾਲੀ ਮੈਂ ਕਹਿੰਦੇ ਉੱਥੇ ਜਾਓ ਤੇ ਉੱਥੇ ਜਾ ਕੇ ਆਪਣੇ ਬਿਆਨ ਦਰਜ ਕਰਵਾਓ ਇਹ ਹੈ ਪ੍ਰਭਦੀਪ ਸਿੰਘਾ ਜੀ ਉਹਦਾ ਨਾਮ ਮੁੰਡੇ ਦਾ ਪ੍ਰਭਦੀਪ ਸਿੰਘ ਇੱਕ ਉਹਨਾਂ ਦੇ ਨਾਲ ਹੋਰ ਹੈ ਜਿਹੜਾ ਉਹ Hindu gentleman ਹੈ ਜੀ ਜੀ ਮਤਲਬ ਕਾਰਾਂ ਦੀ ਦੁਕਾਨ ਨਹੀਂ ਨਹੀਂ ਆ ਮੁੰਡਾ ਕ੍ਰਿਸ਼ਨ ਭਗਵਾਨ ਸਿੰਘ ਦਾ ਪ੍ਰਭਦੀਪ ਸਿੰਘ ਲੜਕਾ ਨਹੀਂ ਜੀ ਸੁਖਰਾਜ ਸਿੰਘ ਸੁਖਰਾਜ ਸਿੰਘ ਵੀ ਇਹਦੇ ਪ੍ਰਭਦੀਪ ਹੀ ਹੈ ਫਿਰ ਪ੍ਰਭਦੀਪ ਇਹ ਸੁਖਰਾਜ ਸਿੰਘ ਲੜਾਈ ਲੜਦਾ ਲੜਾਈ ਦਾ ਹੈਗਾ ਨਾ ਹਾਂ ਸੁਖਰਾਜ ਸਿੰਘ ਲੜਾਈ ਲੜਦਾ ਐਪਲੀਕੇਸ਼ਨ ਜਿਹੜੀ ਹੈਗੀ ਹੈ ਸ਼ਾਇਦ ਉਹ ਪਰਬਤ ਦੇ ਪਿਸੂਨ ਇਤਿਹਾਸ ਪਰ ਉਹ ਸੁਖਰਾਜ ਸਿੰਘ ਨਾਲ ਲੜਾਈ ਲੜਦਾ ਸੀ ਜੀ ਤੇ ਸੁਖਰਾਜ ਸਿੰਘ ਨੇ ਇਹ ਗੱਲ ਕਹੀ ਸੀ ਜਨਤਕ ਤੌਰ ਤੇ ਕਹੀ ਹੈ ਨਾ ਉਹਨੇ ਵੀ ਕੁੰਮਰਬਿਜੇ ਪ੍ਰਤਾਪ ਸਿੰਘ ਨੇ ਹਾਂ ਹਾਂ ਗਵਾਹਾਂ ਨੂੰ ਮਲਜਮ ਤੇ ਮਲਜਮਾਂ ਨੂੰ ਗਵਾਹ ਬਣਾਵਾ ਬਣਾਤਾ ਹਾਂਜੀ ਇਹ ਕਹਿਣਾ ਕਿਉਂ ਪਿਆ ਸਭ ਕੀ ਪ੍ਰੈਸ਼ਰ ਸੀਗਾ ਕੀ ਕਰ ਆਹੀ ਹੈ ਜਿਹੜੀ ਕੁੰਮਰਬਿਜੇ ਪ੍ਰਤਾਪ ਸਿੰਘ ਨੇ ਦੱਸਿਆ ਲੌਬੀ 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 ਦੀ ਗਾਲੀ ਕੱਢਦੇ ਨੇ ਕਿਉਂਕਿ ਸਾਧੂ ਸਿੰਘ ਉਹ ਨਹੀਂ ਤਾਂ ਪਹਿਲੇ ਹੀ ਨਾਤਾ ਤੋੜ ਕੇ ਸੀ ਹਾਂ 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 ਤੇ ਸਾਧੂ ਸਿੰਘ ਹੁਣ ਵੀ ਕਹਿ ਰਹੇ ਹਾਂ ਵੀ ਜੋ ਕੁਝ ਕੀਤਾ ਜਿਹੜਾ ਵਧੀਆ ਕੰਮ ਕੀਤਾ ਸੀ ਕੁੰਮਰਬਿਜੇ ਪ੍ਰਤਾਪ ਸਿੰਘ ਦੇ ਨਾਲ ਅਗਲੀ ਗੱਲ ਹਾਂ ਸਾਧੂ ਸਿੰਘ ਇਹ ਵੀ ਕਹਿੰਦਾ ਵੀ ਸਾਡੇ ਕੋਲੇ ਤਾਂ ਜੇ ਕੋਈ ਆਇਆ ਹੈ ਹੂੰ ਪੋਲੀਟੀਕਲ ਬੰਦਿਆ ਚ ਸਿਰਫ ਦੋਕ ਬੰਦੇ ਆਏ ਹੈ ਹਾਂ ਜਾਂ ਤਾਂ ਸਾਡੇ ਨਾਲ ਖੈਰਾ ਖੜਾ ਦਾ ਰਿਹਾ ਕੀ ਹਾਂ ਹਾਂ ਤੇ ਜਾਂ ਸੰਧਵਾ ਸਾਹਿਬ ਸੰਧਵਾ ਕੁਲਤਾਰ ਸਿੰਘ ਸੰਧਵਾ ਕਹਿੰਦੇ ਇਹ ਸਾਡੇ ਕੋਲੇ ਆਪਦੀ ਇਹ ਜਿਹਨੇ ਜੋ ਕਰੇ ਹੈਗੇ ਜਿੰਨੇ ਜੋ ਕਰੇ ਹੈਗੇ ਇਹ ਇਹ ਵਿਚਾਰੇ ਕਰਦੇ ਇਹ ਉਹਨਾਂ ਨੇ ਕਿਹਾ ਸਾਧੂ ਸਿੰਘ ਉਹਨਾਂ ਨੇ ਹੂੰ ਜੀ

नवी डी डी फिफ्टीन चलाते जेकार मैक्स फोर्स कमिन्स आई एस एक्स वॉल्वो मर्सिडीज प्रिंटर जी मोटर होल होर ओरिजिनल फिल्टर तक चेंज करा ही है आ जाओ फिर क्विक ट्रक ल्यूब ट्रक सर्विसिंग वाह बई वाह कोई अपॉइंटमेंट नहीं ड्राइव थ्रू फैसिलिटी यूज करो दो लोकेशन तुम जानते ही हो एगजिट टू सिक्सटी एट ऑन हाईवे फोर वन और एगजिट फाइव ऑन क्यू ई डबल्यू क्विक ट्रक ल्यूब <laughs> 519622-0660 QTL because we care. Quick, front, ਪਪਾਂ ਜੀ ਫਿਆਲੀ ਕਪੜਿਆਂ ਦੀ ਤੇ ਸ਼ਾਪਿੰਗ ਹੋ ਗਈ ਲਾਜਵਾਬ ਪਰ ਜੁਐਲਰੀ ਕੀ ਥੋ ਲੈਣੀ ਹੈ ਫਿਕਰ ਨਾ ਕਰੋ ਜਿੱਥੇ ਲੋਕ ਸੂਟ ਦੇਖਦੇ ਰਹਿ ਜਾਣਗੇ ਉੱਥੇ ਗਹਿਣੇ ਦੇ ਡਿਜ਼ਾਈਨ ਦੀ ਵੀ ਤਾਰੀਫ ਕੀਤੇ ਬਿਨਾ ਰਹਿਣਗੇ ਨਹੀਂ ਕਿਉਂਕਿ ਏਸੀ ਜੁਐਲਰਸ ਕੈਂਟ ਵਾਲਿਆਂ ਦੇ ਕੋਲ ਹੈ 22 ਕੈਰੇਟ ਦੇ ਸੋਨੇ ਦੇ ਗਹਿਣੇ ਔਰ ਤਾਂ ਮੱਦਾ ਬੱਚਿਆਂ ਦੇ 17 ਨੇ ਗਹਿਣਿਆਂ ਦੀ ਬੇਸ਼ੁਮਾਰ ਤੇ ਲੇਟੈਸਟ ਵੈਰਾਈਟੀ ਇਨਹਦੇ ਸ਼ੋਅਰੂਮ 'ਚ ਸੋਨੇ ਚਾਂਦੀ ਹੀਰਿਆਂ ਦੇ ਗਹਿਣੇ ਭਰੇ ਰਹਿੰਦੇ ਨੇ ਜਿੱਥੇ ਇਹ ਕੁੰਦਨ ਸੈੱਟ ਜੜਾਉ ਸੈੱਟ ਪੋਲਕੀ ਸੈੱਟ ਹੀਰੇ ਜੜੇ ਸੈੱਟ ਲਾਈਟ ਵੇਟ ਨੈਕਲੇਸ ਚੇਨ ਕੜੇ, ਚੂੜੀਆਂ, ਨਗਾਵਲੀਆਂ, ਸੋਣੀਆਂ, ਸੋਣੀਆਂ ਮੰਦਰੀਆਂ, ਝੁੰਮਕੇ ਵਾਲੀਆਂ ਤੇ ਹੋਰ ਬਥੇਰਾ ਕੁਝ। ਏਸੀ ਜੁਐਲਰ ਸ਼ੱਟਲ ਵਿੱਚ ਹਰ ਹਫ਼ਤੇ ਨਵੀਂ ਸ਼ਿਪਮੈਂਟ ਆਉਂਦੀ ਹੈ। ਤੁਹਾਡੇ ਪਸੰਦ ਦੇ, ਤੁਹਾਡੇ ਸਾਈਜ਼ ਮੁਤਾਬਕ ਗਹਿਣੇ 2 ਹਫ਼ਤਿਆਂ ਵਿੱਚ ਤਿਆਰ ਕਰਵਾ ਕੇ ਦਿੰਦੇ ਹਨ ਤੇ ਰਿਪੇਅਰ ਵੀ ਕਰਦੇ ਹਨ। 24 ਕੈਰਟ ਸੋਨੇ ਦੇ ਬਿਸਕਟ ਖਰੀਦ ਅਤੇ ਵੇਚ ਸਕਦੇ ਹੋ। 100% ਪਿਓਰ ਗਰੰਟੀ ਵਾਲੇ ਗਹਿਣੇ ਲੈਣ ਲਈ ਪਹੁੰਚੋ 25416 104th ਐਵੇਨਿਊ ਸਾਊਥ-ਈਸਟ ਕੈਂਟ। ਓਏ ਮੇਰੇ ਵੀਰ ਮੈਨੂੰ ਬਸ ਇੱਕ ਗੱਲ ਦੱਸ ਦੇ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਉਹਦੇ ਤੋਂ ਬਾਅਦ ਫਰੈਸ਼ ਰਹਿਣਾ ਇਹਦਾ ਰਾਜ਼ ਕੀ ਹੈ ਇਹਦਾ ਰਾਜ਼ ਹੈ ਐਰਲਿੰਗਟਨ ਫਿਊਲ ਸਟਾਪ ਐਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ ਐਗਜ਼ਿਟ 208 ਤੇ ਜਿੱਥੇ ਤੁਹਾਨੂੰ ਫ੍ਰੀ ਕਾਫੀ ਫ੍ਰੀ ਫੈਕਸ ਸਰਵਿਸ ਫ੍ਰੀ ਟਰੱਕ ਪਾਰਕਿੰਗ ਰੂਟੀ ਠੇਕਾ ਲਾਂਡਰੀ ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ ਹੁਣੇ ਕਾਲ ਕਰੋ 360 652 64 ਯਾਨੀ 360652 6066 ਇਹ ਦੋ ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ ਸੈਕੰਡ ਲੋਕੇਸ਼ਨ ਲਾਸਟ ਹਿੱਲ ਟ੍ਰੈਵਲ ਸੈਂਟਰ 14814 ਅਲੋਮ ਸਟਰੀਟ ਲਾਸਟ ਹਿੱਲ ਫੋਨ ਨੰਬਰ 6014 797 3400 ਸੋ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਹਾਡਾ ਸਵਾਗਤ ਹੈ ਤੇ ਮੇਰੇ ਨਾਲ ਬਣੇ ਹੋਏ ਨੇ ਸਰ ਦਾ ਬਖਤੌਰ ਸਿੰਘ ਢਿੱਲੋਂ ਤੇ ਢਿੱਲੋਂ ਸਭ ਇੱਕ ਸੀ ਉਹ ਚਿੱਠੀਆਂ ਸਭਾਂ ਜਿੱਤੀ ਨੇ ਲਖ ਮਿਰਜੀ ਵੱਲ ਪਾਈਆਂ ਇਹ ਇੱਕੋ ਗਾਣਾ ਸੀ ਚਿੱਠੀ ਆਈ ਹੈ ਆਈ ਹੈ ਹੈ ਸੰਦੇਸ਼ਾ ਲਾਈ ਹੈ ਇਹ ਚਿੱਠੀ ਹੈ ਸੰਦੇਸ਼ੇ ਵਾਲੀ ਪਰ ਮੇਰੀ ਵੀ ਸੁਣ ਲੋ ਚਿੱਠੀਆਂ ਲਿਖਣੀਆਂ ਭੁੱਲ ਗਏ ਜਦੋਂ ਟੈਲੀਫੋਨ ਲੱਗਿਆ ਪਰ ਪਹਿਲੀ ਵਾਰੀ ਜਿਹੜੀ ਹੈ ਨਾ ਟੈਲੀਫੋਨ ਲੱਗੇ ਤੋਂ ਬਾਅਦ ਕਹਿੰਦੇ ਜਾਂ ਵਟਸਐਪ ਤੋਂ ਬਾਅਦ ਚਿੱਠੀ ਆਈ ਹੈ ਚਿੱਠੀ ਆਈ ਹੈ ਹਾਂਜੀ ਚਿੱਠੀ ਚਰਚਾ ਚਾਹੀਏ ਚਿੱਠੀ ਚਰਚਾ ਚਾਹੀਏ ਚਿੱਠੀਆਂ ਤਾਂ ਹੋਰ ਵੀ ਹੋਗੀਆਂ ਹਾਂ ਉਹ ਚਿੱਠੀ ਚਰਚਾ ਤੇ ਵੀ ਅੱਜ ਕੱਲ੍ਹ ਐਸਬੀਐਲ ਦਾ ਮੁੱਦਾ ਬੜਾ ਭਖਿਆ ਹੋਇਆ ਭਖਿਆ ਹੋਇਆ ਸਾਡੇ ਮੁੱਖ ਮੰਤਰੀ ਸਾਹਿਬ ਨੇ ਕਹਿਤਾ ਹੂੰ ਕਿ ਮੈਂ ਤਾਂ ਜੀ ਲੁਧਿਆਣੇ ਡਾਕਟਰ ਮਨਮੋਹਨ ਸਿੰਘ ਆਡੀਟੋਰੀਅਮ ਆ ਜਿਹੜਾ ਉੱਥੇ ਤਰਕੇ ਸਵੇਹੀ ਚਲਾ ਜਾਊਗਾ ਅੱਛਾ ਜੀ ਸਭ ਤੋਂ ਪਹਿਲਾਂ ਜਾਊਂਗਾ ਅੱਛਾ ਹੁਣ ਲੁਧਿਆਣੇ ਹੋ ਗਿਆ ਲੁਧਿਆਣੇ ਹੋ ਗਿਆ ਕਿਉਂਕਿ ਟੈਗ ਟੈਗੋਰ ਥੀਟਰ ਲੈਨ ਤੱਕ ਕਹਿੰਤਾ ਨੇ ਕਿ ਨਿਯਮਾਂ ਦੇ ਮੁਤਾਬਕ ਇੱਥੇ ਸਭਿਆਚਾਰਕ ਪ੍ਰੋਗਰਾਮ ਹੋ ਸਕਦੇ ਆ ਫਿਰ ਉਹਨਾਂ ਨੂੰ ਪੁੱਛਿਆ ਉਹ ਵੀ ਅੱਜ ਕਿਸੇ ਪੱਤਰਕਾਰ ਨੇ ਕਨਫਰਮ ਕੀਤਾ ਸੀ ਉਹਨਾਂ ਨੇ ਕਹਿਤਾ ਹਾਂ ਜੀ ਮੁੱਖ ਮੰਤਰੀ ਦਫ਼ਤਰ ਚੋਂ ਫੋਨ ਆਇਆ ਸੀ ਵੀ ਕਿਵੇਂ ਹੈ ਬਿਲ ਹੈ ਸਿਕਾ ਜੀ ਬਿਲ ਹੈ ਬੁੱਕ ਕਰਾਉਣਾ ਕਹਿੰਦੇ ਜੀ ਹੋ ਸਕਦਾ ਬੁੱਕ ਕਰਵਾ ਲਓ ਤੇ ਦੇ ਉਹ ਕਹਿੰਦੇ ਜਾ ਕੇ ਭਾਈ ਮੈਂ ਉੱਥੇ ਡਾ ਦਿੰਦੀਆਂ ਕੁਰਸੀਆਂ ਆਪ ਦਾ ਹੁੰਗਾ ਜਾ ਕੇ ਅੱਛਾ ਵੀ ਆ ਲੋ ਜੀ ਬੈਕ ਆਓ ਤੁਸੀਂ ਸੁਖਬੀਰ ਬਾਦਲ ਦੀ ਵੀ ਡਾ ਹੂੰਗਾ ਜਾਖੜ ਸਾਹਿਬ ਦੀ ਵੀ ਭਾਜਪੀ ਦੇ ਪ੍ਰਧਾਨ ਉਹਨਾਂ ਦੀ ਵੀ ਡਾ ਦੇਾਂਗੇ ਤੇ ਰਾਜਾ ਵੜਿੰਗ ਤੇ ਉਹਦੀ ਵੀ ਡਾ ਲਾਂਗੇ ਪ੍ਰਤਾਪਾ ਪ੍ਰਤਾਪ ਸਿੰਘ ਬਾਜਵਾਦੀ ਵੀ ਪਰ ਨਾਲ ਹੁਣ ਇੱਕ ਨਵੀਂ ਗੱਲ ਹੋਰ ਆ ਗਈ ਆਪਾਂ ਪਹਿਲਾਂ ਹੀ ਖਬਰ ਡਿਸਕਸ ਕਰਕੇ ਹਟੇ ਆ ਬਹਿਬਲ ਕਲਾਂ ਵਾਲੀ ਜਿਹੜੇ ਸਰਦਾਰ ਸਾਧੂ ਸਿੰਘ ਹੈ ਗੁਰਜੀਤ ਸਿੰਘ ਹੋਰਾਂ ਦੇ ਬਾਪ ਮਰਹੂਮ ਗੁਰਜੀਤ ਸਿੰਘ ਹੋਰਾਂ ਦੇ ਸ਼ਹੀਦ ਦੇ ਉਹ ਕਹਿੰਦੇ ਜੀ ਗੱਲ ਇਹ ਫਿਰ ਸਾਨੂੰ ਵੀ ਸੁਣ ਲਓ ਹਾਂ ਪਬਲਿਕ ਤਾਂ ਅਸੀਂ ਲੀਡਰ ਲੀਡਰ ਤੁਸੀਂ ਆਪਸ ਵਿੱਚ ਗੱਲਾਂ ਕਰੀ ਜਾਂਦੇ ਹੋ ਤੁਹਾਡੀ ਤਾਂ ਘਰ ਦੀ ਗੱਲਾਂ ਤੇ ਜਾ ਵੇਹਾਂ ਤੇ ਇਕੱਠੇ ਹੋ ਗਏ 1 ਸਾਲ ਹੋ ਗਈ ਥੋੜੀ ਸਰਕਾਰ ਬਣੀ ਨੂੰ 8 ਸਾਲ ਤੋਂ ਸੰਤਾਪ ਜਿਹੜਾ ਅਸੀਂ ਇਸਕ ਪੰਥ ਪੋਗੜਿਆ ਹੈ ਉਹਦੇ ਬਾਰੇ ਚ ਅਸੀਂ ਗੱਲ ਕਰਨੀ ਹੈ ਜੀ ਫਿਰ ਲੋਕਾਂ ਨੂੰ ਵੀ ਸੁਣੋ ਤੁਸੀਂ 3.5 ਕਰੋੜ ਦੇ ਆਪਣੇ ਮੁੱਖ ਮੰਤਰੀ ਜੀ ਕਹਿੰਦੇ ਮੈਂ 3.5 ਕਰੋੜ ਦਾ ਨੁਮਾਇੰਦਾ ਤੇ ਉਹ ਕਹਿੰਦੇ ਜੀ ਅਸੀਂ ਵੀ ਫਿਰ 3.5 ਕਰੋੜਾ ਚਾਹੁੰਨੇ ਇਸ ਗੱਲ ਸਾਡੀ ਵੀ ਸੁਣ ਲਓ ਦਾਨਿਆੜੀਆ ਸਾਹਿਬ ਜਦੋਂ ਖੁੱਲਦੇ ਹੈ ਨਾ ਫਿਰ ਉਹ ਕਈ ਤੱਕੇ ਖੁੱਲੇ ਜਾਂਦੇ ਹਨ ਇਸੇ ਸਮੇਂ ਦੌਰਾਨ ਕੱ ਖੱਟਰ ਸਾਹਿਬ ਮਿਲੇ ਪ੍ਰਧਾਨ ਮੰਤਰੀ ਨੂੰ ਹੂੰ ਤੇ ਪ੍ਰਧਾਨ ਮੰਤਰੀ ਨੂੰ ਮਿਲ ਕੇ ਬਾਹਰ ਆਉਂਦਿਆਂ ਸਾਰ ਉਹਨੇ ਕਹਿੰਦੇ ਜੀ ਮੈਂ ਤਾਂ ਚਿੱਠੀ ਲਿਖਦੀ ਬਾਦੀ ਚਿੱਠੀ ਕਹਿੰਦੇ ਭਗਵੰਤ ਮਾਨ ਉਹਨਾਂ ਨੂੰ ਹੂੰ ਕਿ ਆਓ ਆਪਾਂ ਬੈਠ ਕੇ ਆਪਸ ਵਿੱਚ ਗੱਲ ਕਰ ਲੀਜੀ ਹਾਂ ਐਸਬੀਐਲ ਦਾ ਮੁੱਦਾ ਹੀ ਜਿਹੜਾ ਡਿਸਕਸ ਕਰੀਏ ਇਹਨੂੰ ਨਿਪਟਾਈਏ ਆਪਸ ਵਿੱਚ ਬੈਠ ਕੇ ਤੁਹਾਨੂੰ ਪਤਾ ਸੁਪਰੀਮ ਕੋਰਟ ਦਾ ਹੁਕਮ ਵੀ ਸੀ ਵੀ ਆਪਸ ਵਿੱਚ ਬੈਠ ਕੇ ਨਿਪਟਾਓ ਉਦੋਂ ਇੱਕ ਮੀਟਿੰਗ ਤਾਂ ਆਪ ਹੀ ਹੋ ਗਈ ਸੀ ਹੂੰ ਹੂੰ ਮਾਨ ਸਾਹਿਬ ਦੀ ਤੇ ਖੱਟਰ ਸਾਹਿਬ ਦੀ ਦੂਜੀ ਫਿਰ ਗਜਿੰਦਰ ਸਿੰਘ ਸ਼ੇਖਾਵਤ ਜਿਹੜੇ ਪਾਣੀਆਂ ਬਾਰੇ ਕੇਂਦਰੀ ਮੰਤਰੀ ਹੈ ਹੂੰ ਹੂੰ ਉਹ ਨਾਲ ਨਹੀਂ ਕਰवाती ਸੀ ਗੱਲ ਉੱਥੇ ਤੂੰ ਤੂੰ ਮੈਂ ਮੈਂ ਤੇ ਨਹੀਂ ਆਈ ਪਰ ਉਹ ਵੀ ਮੈਂ ਨਾ ਮੰਨੂ ਮੈਂ ਨਾ ਮੰਨੂ ਉੱਥੇ ਆ ਗਈ ਆਪੋ ਆਪਣੇ ਸਟੈਂਡ ਤੇ ਦੋਨੇ ਕੈਮਰੇ ਕੈਮਰੇ ਤੇ ਕੈਮਰੇਨ ਤੋਂ ਬਾਅਦ ਸੈਂਟਰ ਨੇ ਵੀ ਦੇਖ ਲਿਆ ਹੁਣ ਜਿਹੜਾ ਹਲਫੀਆ ਬੈਂਡ ਸੈਂਟਰ ਨੇ ਪੇਸ਼ ਕੀਤਾ ਸੁਪਰੀਮ ਕੋਰਟ ਚ ਹੂੰ ਹੂੰ ਉਹਦੇ ਵਿੱਚ ਵੀ ਉਹਨਾਂ ਨੇ ਕਹਿ ਦਿੱਤਾ ਜੀ ਵੀ ਨਹੀਂ ਇਹ ਮਾਮਲਾ ਨਿਪਟਦਾ ਨਹੀਂ ਨਿਪਟਦਾ ਨਹੀਂ ਦੂਜੇ ਪਾਸੇ ਸੁਪਰੀਮ ਕੋਰਟ ਨੇ ਕਹਿ ਦਿੱਤਾ ਚੰਗਾ ਜੀ ਸਰਵੇ ਕਰ ਲਓ ਤੇ ਸਰਵੇ ਵਾਲੀ ਟੀਮ ਕਿਸੇ ਵੇਲੇ ਵੀ ਆ ਸਕਦੀ ਹੈ ਰੌਲਾ ਹੁਣ ਇਹ ਵੀ ਪੈ ਗਿਆ ਹੂੰ ਕਿਉਂਕਿ ਆਮ ਆਦਮੀ ਪਾਰਟੀ ਦੇ ਦੋ ਵਜ਼ੀਰ ਸਹਿਬਾਨ ਨੇ ਚੀਮਾ ਸਾਹਿਬ ਨੇ ਤੇ ਅਰੋੜਾ ਸਾਹਿ ਉਹਨੇ ਕਹਤਾ ਸੀ ਜੀ ਅਸੀਂ ਨਹਿਰ ਨੂੰ ਤਾਂ ਨਹੀਂ ਬੰਨ੍ਹ ਦਿੰਦੇ ਬੰਨ੍ਹ ਕਿਤੇ ਜੀ ਸਰਵੇ ਨਹੀਂ ਹੋਣਦੇ ਹਾਂ 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 ਹੁਣ ਤਾਂ ਇਹ ਆੜੀ ਸਭ ਪਹਿਲਾ ਸਵਾਲ ਤੇ ਇਹ ਹੁੰਦਾ ਕਿ ਕੀ ਸਰਕਾਰ ਸੁਪਰੀਮ ਕੋਰਟ ਦੇ ਹੁਕਮ ਦੇ ਮੁਤਾਬਕ ਸਰਵੇ ਆਈ ਟੀਮ ਨੂੰ ਰੋਕ ਸਕਦੀ ਹੈ ਨਹੀਂ ਰੋਕ ਸਕਦੀ ਜੇ ਰੋਕੂਗੀ ਤਾਂ ਫਿਰ ਸਰਕਾਰ ਦਾ ਬਣੂ ਕੰਟੈਂਪਟ ਬਣੂ ਪਤਾ ਨਹੀਂ ਕੰਟੈਂਪਟ ਬਣੇ ਕੀ ਕੀ ਹੈ ਕਿਉਂਕਿ ਸੁਪਰੀਮ ਕੋਰਟ ਨੂੰ ਨਾ ਮੰਨਣਾ ਹਾਂ ਹਾਂ ਤੇ ਸੁਪਰੀਮ ਕੋਰਟ ਦੀ ਬਣਾਈ ਹੋਈ ਕਮੇਟੀ ਨੂੰ ਰੋਕਣਾ ਜੀ ਜਿਹੜੀ ਹੋਣੀ ਹੈ ਤੇ ਨਾਲ ਜਿਹੜੀ ਹਦਾਇਤ ਹੈ ਹਾਂ ਹਾਂ ਉਹ ਡੀਜੀਪੀ ਨੂੰ ਤੇ ਚੀਫ ਸੈਕਟਰੀ ਨੂੰ ਵੀ ਹੈ ਬਿਲਕੁਲ ਤੇ ਡੀਜੀਪੀ ਤੇ ਚੀਫ ਸਕੱਟਰੀ ਆਪਦੀ ਨੌਕਰੀ ਖਤਰੇ ਚ ਪਾ ਲੰਗੇ ਇੱਕ ਬੜਾ ਮਤਲਬ ਹੈਗਾ ਗੁੰਝਲਦਾਰ ਜਿਹਾ ਮਾਮਲਾ ਬਣਿਆ ਹੋਇਆ ਚਲੋ ਉਹ ਕਹਿੰਦੇ ਜੀ ਅਸੀਂ ਨਹੀਂ ਆਉਣ ਦੇਵਾਂਗੇ ਤੇ ਜਦੋਂ ਇਹਨੇ ਕਿਹਾ ਤੁਸੀਂ ਨਹੀਂ ਆਉਣ ਦੇਵਾਂਗੇ ਤੇ ਖੱਟਰ ਸਾਹਿਬ ਨੇ ਹੁਣ ਫਿਰ ਕਹਿੰਦੇ ਜੀ ਮੈਂ ਚਿੱਠੀ ਪਾਤੀ ਹਮ ਪਰ ਕਹਿੰਦੇ ਚਿੱਠੀ ਪਾਉਣ ਦਾ ਮਤਲਬ ਇਹ ਹੈ ਵੀ ਮੈਨੂੰ ਕਹਿੰਦੇ ਜਿੱਦੇ 4 ਅਕਤੂਬਰ ਨੂੰ ਇਹ ਆਪਣਾ ਮਾਮਲਾ ਸੁਪਰੀਮ ਕੋਰਟ ਚ ਜਿੱਥੇ ਹੁਕਮ ਹੋਇਆ ਜੀ ਕਿ ਸਰਵੇ ਕਰਵਾਓ ਤੋਂ ਇੱਕ ਦਿਨ ਪਹਿਲਾਂ ਹਮ ਹਮ ਦਨ ਅਕਤੂਬਰ ਨੂੰ ਕਹਿੰਦੇ ਭਗਵੰਤ ਸਿੰਘ ਮਾਨ ਦੀ ਚਿੱਠੀ ਮੈਨੂੰ ਵੀ ਲਈ ਸੀ ਅੱਛਾ ਜੀ ਤੇ ਭਗਵੰਤ ਸਿੰਘ ਮਾਨ ਕਹਿੰਦਾ ਸੀ ਜੀ ਆਓ ਆਪਾਂ ਬੈਠ ਕੇ ਗੱਲ ਕਰ ਲੈਂਦੇ ਉਹਦੇ ਜਵਾਬ ਦੇ ਵਿੱਚ ਕਹਿੰਦਾ ਮੈਂ ਕਿਹਾ ਜੀ ਆਓ ਬੈਠ ਕੇ ਗੱਲ ਕਰ ਲੀਏ ਹੂੰ ਹੂੰ ਅਗਲੀ ਗੱਲ ਕਹਿੰਦੇ ਵੀ ਸੁਪਰੀਮ ਕੋਰਟ ਨੇ ਜਿਹੜੀ ਉਹ ਬਣਾਈ ਹੈ ਕਮੇਟੀ ਜਿਹੜੀ ਉਹ ਸਰਵੇ ਕਰਨ ਵਾਸਤੇ ਜਿਹੜਾ ਸੁਪਰੀਮ ਕੋਰਟ ਨੇ ਕਿਹਾ ਹੈ ਹੂੰ ਹੂੰ ਉਹਨਾਂ ਨੇ ਤਾਂ ਕਿਹਾ ਵੀ ਸਰਵੇ ਕਰਕੇ ਆਓ ਪਾਣੀ ਵਾਲਾ ਤਾਂ ਜੇ ਮਾਮਲਾ ਰਹਣੇ ਰਹਿੰਦਾ ਹੈ ਪਾਣੀ ਤੜੀ ਹਜੇ ਵੰਡਿਆ ਪਾਣੀ ਦੇ ਵੰਡਣ ਵਾਲੀ ਗੱਲ ਹੀ ਕੋਈ ਆਪਾਂ ਆਪਸ ਵਿੱਚ ਬੈਠ ਕੇ ਗੱਲ ਕਰ ਲਈ ਇਹ ਦਾਨੇ ਵਾਲੀ ਆ ਸਾਹਿਬ ਹੁਣ ਮਾਨ ਸਾਹਿਬ ਨੇ ਚਿੱਠੀ ਲਿਖਣੀ 3 ਤਾਰੀਖ ਨੂੰ ਇੱਕ ਦਿਨ ਪਹਿਲਾਂ ਮਿਲਣੀ ਨਾਲ ਜੋੜ ਕੇ ਦੇਖ ਲਓ ਤੁਸੀਂ ਪੰਜਾਬ ਦਾ ਜਿਹੜਾ ਆਪਣਾ ਹੈਗਾ ਸੈਕਟਰੀ ਇਹ ਆਪਣਾ ਸੈਕਟਰ 39 ਹੂੰ ਹੂੰ ਜਿਹੜਾ ਮਿਨਿਸਟਰੀ ਕੰਪਲੈਕਸ ਕੰਪਲੈਕਸ ਹੈ ਉੱਥੇ ਇੱਕ ਕੋਠੀ ਜਿਹੜੀ ਹੈਗੀ ਜੀ ਉਹਦੇ ਚ ਹਰਿਆਣੇ ਦੇ ਕੁਝ ਆਮ ਆਦਮੀ ਪਾਰਟੀ ਦੇ ਲੀਡਰਾਂ ਵੱਲੋਂ ਪ੍ਰੈਸ ਕਾਨਫਰੰਸ ਕਰਨੀ ਤੇ ਲਲਕਾਰਾ ਮਾਰਨਾ ਵੀ ਬੂੰਦ ਨਹੀਂ ਛੱਡਦੇ ਪਾਣੀ ਦੀ ਲੈ ਕੇ ਜਾਵਾਂਗੇ ਕੋਠੀ ਪੰਜਾਬ ਦੀ ਹਾਂ ਜਮੀਨ ਪੰਜਾਬ ਦੀ ਜਮੀਨ ਪੰਜਾਬ ਦੀ ਤੇ ਪੰਜਾਬ ਦੀ ਕੋਠੀ ਦੇ ਵਿੱਚੋਂ ਪੰਜਾਬ ਦੇ ਹੱਕ ਦੇ ਉੱਤੇ ਆਪਦਾ ਕਲੇਮ ਜਤਾਉਂਦੇ ਆ ਹਾਲਾਂਕਿ 70% ਦੀ ਪੈਣੀ ਤਾਂ ਪਹਿਲਾਂ ਜਾਂਦਾ ਹੂੰ ਹੂੰ ਤੇ ਹੁਣ ਜਦੋਂ ਪ੍ਰਧਾਨ ਮੰਤਰੀ ਨੂੰ ਮਿਲ ਕੇ ਖੱਟਰ ਸਾਹਿਬ ਆ ਕੇ ਚਿੱਠੀ ਪਾਉਂਦੇ ਆ ਹੂੰ ਹੂੰ ਇਹ ਫਿਰ ਕਿਤੇ ਪਰਦੇ ਦੇ ਪਿੱਛੇ ਕੁਝ ਹੋਰ ਤਾਂ ਨਹੀਂ ਹੋ ਰਿਹਾ ਕੋਈ ਖਿਸੀ ਹੋ ਸਕਦਾ ਕੋਈ ਚੀ ਹੋ ਸਕਦਾ ਜਾਂ ਫਿਰ ਇਹ ਵੀ ਲਟਕਾ ਲੋ ਲਟਕਾ ਲੋ ਲਟਕਾ ਲੋ ਮਾਮਲੇ ਨੂੰ ਲਟਕਾ ਰੋ ਹੁਣ ਇੱਥੇ ਆ ਕੇ ਇਹ ਪੇਚ ਫਸਿਆ ਪਿਆ ਹੂੰ ਹੂੰ ਇਹ ਪੇਚ ਉਹ ਸੀ ਨਾ ਰੱਬ ਇੱਕ ਗੁੰਝਲਦਾਰ ਬੁਝਾਰਤ ਹਮ ਰੱਬ ਇੱਕ ਗੋਰਖ ਤਦਾ ਖੋਲਣ ਲੱਗਿਆ ਪੇਚ ਇਸ ਦੇ ਗਾਫਲ ਹੋ ਜੇ ਬੰਦਾ ਬੰਦਾ ਇਹ ਮੇਰਾ ਜਿਹੜਾ ਆ ਸਤਲੁਜ ਜਮਨਾ ਲਿੰਕ ਵਾਲਾ ਨਾ ਗਾਫਲ ਕੇ ਮੇਰੇ ਬੰਦਾ ਪਾਗਲੀ ਹੋ ਜਾ ਪਾਗਲੀ ਹੋ ਜਾ ਇਹਨੂੰ ਤਾਂ ਖੁਦ ਖੋਲਦਾ ਖੋਲਦਾ ਨਹੀਂ ਆ ਹਾਲਤ ਬਣੀ ਅੱਜ ਭਗਵਾਨ ਤਮਾਨ ਹੋ ਰਹਾਂ ਦਾ ਜਨਮ ਦਿਨ ਵੀ ਹੈ ਜੀ ਆਪਾਂ ਚਲੋ ਮੁਬਾਰਕਾਂ ਬਹੁਤ-ਬਹੁਤ ਸਾਡੇ ਮੁੱਖ ਮੰਤਰੀ ਸਾਹਿਬ ਨੂੰ ਬਹੁਤ-ਬਹੁਤ ਮੁਬਾਰਕਾਂ ਜੀ ਜੀ ਭਗਵਾਨ ਜੀ ਹੁਣ ਟਲੋ ਸਾਹਿਬ ਮਨਪ੍ਰੀਤ ਬਾਦਲ ਨੂੰ ਜਮਾਨਤ ਕਿਵੇਂ ਮਿਲੇਗੀ ਦਾਨੇਵਲ ਗਿਆ ਸਾਬ ਚਲੋ ਸਾਡੇ ਦਰਸ਼ਕਾਂ ਨਾਲ ਤਾਂ ਆਪਾਂ ਭਾਵੇਂ ਸਾਂਝ ਨਹੀਂ ਪਾ ਸਕੇ ਪਰ ਆਪਸ ਵਿੱਚ ਗੱਲਬਾਤ ਕੀਤੀ ਸੀ ਬੜੇ ਬੜੀ ਕੀਤੀ ਸੀ ਤੇ ਮੈਂ ਤੁਹਾਨੂੰ ਕਹੱਸ ਵੀ ਇਹ ਬੇਲ ਮਿਲੂਗੀ ਹੂੰ ਹੂੰ ਉਹਦਾ ਕਾਰਨ ਹੈ ਇੱਕ ਬੇਲ ਮਿਲਦਾ ਕਿ ਕਈ ਵਾਰੀ ਆਪਾਂ ਲੋੜ ਤੋਂ ਜ਼ਿਆਦਾ ਉਤਸ਼ਾਹਤ ਹੋ ਜਾਂਦੇ ਜੀ ਆਪਣੇ ਮਨਪ੍ਰੀਤ ਬਾਦਲ ਹੋਰਾਂ ਨੂੰ ਵਿਜੀਲੈਂਸ ਵਾਲਿਆਂ ਨੇ ਸੰਬੋਧਨ ਕੀਤਾ ਹੂੰ ਹੂੰ ਉਹ ਪੇਸ਼ ਹੋਏ ਪੇਸ਼ ਹੋ ਕੇ ਉਹਨਾਂ ਨੇ ਆਪਣੀ ਗੱਲ ਕਹੀ ਆਪਣੇ ਜੋ ਉਹਨਾਂ ਨੂੰ ਪੁੱਛਿਆ ਦੱਸਿਆ ਹੂੰ ਹੂੰ ਬਾਅਦ ਦੇ ਵਿੱਚ ਮਨਪ੍ਰੀਤ ਸਿੰਘ ਬਾਦਲ ਹੋਰਾਂ ਨੇ ਕਿਹਾ ਪੋਲੀਟੀਕਲ ਬੈਂਡੇਟ ਹੈ ਜੀ ਉਹ ਤੋਂ ਪਿੱਛੋਂ ਧੂਰੀ ਦੇ ਵਿੱਚ ਇੱਕ ਫੰਕਸ਼ਨ ਦੇ ਵਿੱਚ ਆਉਂਦੇ ਆ ਸਾਡੇ ਮੁੱਖ ਮੰਤਰੀ ਸਾਹਿਬ ਜੀ ਉਤਸ਼ਾਹਤ ਬਹੁਤ ਜ਼ਿਆਦਾ ਸੀ ਉਹਨਾਂ ਨੇ ਕਹੇ ਦੇਖ ਲਓ ਕੀ ਕਰਦੇ ਫਿਰਦੇ ਜਿਹੜੇ ਬੰਦੇ ਆਪਣੇ ਆਪ ਨੂੰ ਬਾਲੇਖਬੀ ਖਣ ਕਹਿੰਦੇ ਸੀ ਆ ਹੋ ਗਿਆ ਨਾ ਪਰਚਾ ਹੁਣ ਅੰਦਰ ਵੀ ਜਾਣਗੇ ਜੀ ਤੇ ਮਨਪ੍ਰੀਤ ਬਾਦਲ ਦਾ ਲੈਤਾ ਨਾ ਹੂੰ ਉਦੋਂ ਤੱਕ ਪਰਚਾ ਹੋਇਆ ਹੀ ਨਹੀਂ ਹੋਇਆ ਨਹੀਂ ਸੀ ਪਰਚਾ ਤਾਂ ਬੜਾ ਲੇਟ ਹੋਇਆ ਜਾ ਕੇ ਹੂੰ ਹੂੰ ਫਿਰ ਮਨਪ੍ਰੀਤ ਬਾਦਲ ਤੁਹਾਨੂੰ ਪਤਾ ਆਪਣੇ ਬਾਗ ਦੇ ਵਿੱਚ ਕੁਰਸੀ ਢਾਕੇ ਬੈਠ ਗਏ ਸੀ ਬੈਠ ਤੇ ਉਹਨੇ ਕਹਿਤਾ ਸੀਗਾ ਵੀ ਭਗਵੰਤ ਸਿਆ ਜਿਹੜਾ ਕੁਛ ਇਹਨੂੰ ਤੇਰੇ ਦਿਮਾਗ ਚ ਰਹਿ ਨਾ ਜਾਵੇ ਹਾਂ ਆਪਾਂ ਕੱਢ ਲਈਏ ਕਸਰ ਰਹੇਗੀ ਕੁਝ ਜਿੰਨਾ ਜ਼ੋਰ ਲੱਗਦਾ ਤੇਥੋਂ ਲਾਲਾ ਹੂੰ ਤੇ ਜਦੋਂ ਫਿਰ ਮੈਂ ਬੋਲਿਆ ਨਾ ਤੈਨੂੰ ਲੁਕਣਾ ਸੇ ਥਾਂ ਨਹੀਂ ਛੋਣੀ ਮੇਰੀ ਉਹ ਕਾਰ ਦੀ ਡਿੱਕੀ ਦੇ ਵਿੱਚ ਤੂੰ ਚੜੋ ਹੁਣ ਆਪਾਂ ਜਿਹੜਾ ਆਪਾਂ ਨੂੰ ਕਾਰ ਰੋਣਾ ਜਨਮ ਦਿਨ ਮਾਨ ਸਾਹਿਬ ਦਾ ਹੂੰ ਤੇ ਉਹ ਕਹਿੰਦਾ ਵੀ ਤੁਸੀਂ ਕੀਤਾ ਫਿਰ ਜਿਹੜਾ ਹੈਗਾ ਜਿਹੜਾ ਕੁਛ ਕਰਨਾ ਕਰ ਲਓ ਤੇ ਉਹ ਤੋਂ ਬਾਅਦ ਫਿਰ ਤੁਹਾਨੂੰ ਪਤਾ ਵੀ ਤੇਜ ਹੋ ਗਈ ਤਫਤੀਸ਼ ਜੀ ਜਾਂਚ ਤੇਜ ਹੋ ਗਈ ਤੇ ਤੇਜ ਦੇ ਵਿੱਚ ਬਾਦਲ ਸਾਹਿਬ ਨੂੰ ਫੜਨ ਵਾਸਤੇ ਬਿਜੀਲੈਂਸ ਰੇਡਾਂ ਕਰ ਲਾਗੀ ਹੂੰ ਹੂੰ ਭੱਜ ਪਹਜਾਈ ਪਰ ਮੇਰਾ ਇਹ ਮੰਨਣਾ ਵੀ ਵੱਡਾ ਬੰਦਾ ਕਦੇ ਵੀ ਨਹੀਂ ਫੜੀਦਾ ਫੜਿਆ ਫੜਿਆ ਨਾ ਤਾਂ ਤੁਸੀਂ ਇਹ ਦੇਖੋ ਵੀ ਰਾਜੀਤ ਸਿੰਘ ਹੁੰਦਲ ਫੜਿਆ ਗਿਆ ਰਾਜੀਤ ਸਿੰਘ ਹੁੰਦਲੀ ਹੈ ਉਹ ਜਿਹੜਾ AIG ਜੀ ਨਾ ਤੁਹਾਡਾ ਫੜਿਆ ਗਿਆ ਸੀ ਭਰਤਿੰਦਰ ਸਿੰਘ ਚੈਲ ਖਬਰਾਂ ਉਦੋਂ ਵੀ ਲੱਗੀਆਂ ਸੀ ਕਿ ਭਰਤਿੰਦਰ ਚੈਲ ਨੂੰ ਤੇ ਰਾਜੀਤ ਸਿੰਘ ਨੂੰ ਪਕੌੜਾ ਕਰਾਰ ਦੇਣ ਦੀ ਕਾਰਵਾਈ ਸ਼ੁਰੂ ਹੋ ਗਈ ਮੈਂ ਤੁਹਾਨੂੰ ਕਹੇ ਸੀ ਜਮਾਨਤ ਹੋਊਗੀ ਤੇ ਫਿਰ ਕੀ ਕਰਾਂਗੇ ਫਿਰ ਕੀ ਇਧਰ ਵੀ ਗੱਲ ਖਬਰਾਂ ਆਉਣੀਆਂ ਸ਼ੁਰੂ ਹੋ ਗਈਆਂ ਸੀ ਕਿ ਮਨਪ੍ਰੀਤ ਬਾਦਲ ਨੂੰ ਜੀ ਫਾੜਨ ਦੀ ਜਿਹੜੀ ਹੈਗੀ ਹੈ ਤਿਆਰੀ ਸ਼ੁਰੂ ਹੋ ਗਈ ਔਰ ਪਗੌੜਾ ਵੀ ਕਰਾਰ ਦੇਣ ਦੀ ਤਿਆਰੀ ਸ਼ੁਰੂ ਹੋ ਗਈ ਹੈ ਹੂੰ ਹੂੰ ਤੇ ਆਪਾਂ ਫਿਰ ਕਹਿੰਦੇ ਸੀ ਵੀ ਯਾਰ ਕਿਤੇ ਜਮਾਨਤ ਨਾ ਹੋ ਜੇ ਜੀ ਇੱਥੇ ਵੀ ਪਲੀ ਉਹੀ ਲਈ ਸੀ ਪਰ ਕੱਲ ਆਰਸ਼ ਜੀਮਾ ਨੇ ਤੇ ਅਰਸ਼ਦੀਪ ਸਿੰਘ ਜੀਮਾ ਨੇ ਜਿਹੜੀ ਉੱਥੇ ਆਰਗੂ ਕੀਤਾ ਹਾਂਜੀ ਉਹ ਕਹਿੰਦੇ ਜੀ ਪੋਲੀਟੀਕਲ ਬੈਂਡੇਟ ਹੈ ਤੇ ਇਹਦੀ ਸਭ ਤੋਂ ਵੱਡੀ ਮਿਸਾਲ ਜਿਹੜੀ ਹੈਗੀ ਹੈ ਪਰਚਾ ਦਰਜ ਹੋਣ ਤੋਂ ਪਹਿਲਾਂ ਚੀਫ ਮਿਨਿਸਟਰ ਦਾ ਇਹ ਕਹਿਣਾ ਕਿ ਪਰਚਾ ਦਰਜ ਹੋ ਗਿਆ ਹੋ ਗਿਆ ਇਹਦਾ ਮਤਲਬ ਹੈ ਕਿ ਚੀਫ ਮਿਨਿਸਟਰ ਦੀਆਂ ਹਦਾਇਤਾਂ ਸੀ ਹਦਾਇਤਾਂ ਸੀ ਕਿ ਪਰਚਾ ਦਰਜ ਕਰੋ ਹੂੰ ਜੇ ਕਹਿੰਦੇ ਕੁਝ ਕੀਤਾ ਕੋਈ ਕਾਲਾ ਮਾਲਾ ਹੋਇਆ ਹੈ ਤਾਂ ਉਹ ਜਿਹੜੀ ਬੀੜੀਏ ਦੇ ਅਧਿਕਾਰੀਆਂ ਨੇ ਕੀਤਾ ਹੋਗਾ ਹਾਂ ਹਾਂ ਮਨਪ੍ਰੀਤ ਨੇ ਦਾ ਪ੍ਰੀਮੀਅਮ ਦੇ ਕੇ ਕਹਿੰਦਾ ਪਲਾਟ ਖਰੀਦ ਲੈ ਹੂੰ ਹੂੰ ਇਹਦਾ ਲੈ ਲੈ ਹੂੰ ਤੇ ਪੈਡਿੰਗ ਦੀ ਸੱਤੀ ਜੀ ਮਤਲਬ ਜਿਹੜੀ ਹੈਗੀ ਉਹਨੇ ਇਨ ਟਰਮ ਬਿਲ ਦਿੱਤੀ ਹੂੰ ਨਾ ਜਾਓ ਇਨ ਟਰਮ ਬਿਲ ਦੇ ਕੇ ਤੇ ਨਾਲ ਉਹਨੇ ਕਹਤਾ ਮੇਰੇ ਖਿਆਲ ਦਸੰਬਰ ਮਹੀਨੇ ਤੱਕ ਦੀ ਦਿੱਤੀ ਡੇਟ ਅੱਛਾ ਜੀ 7 ਦਸੰਬਰ ਤੱਕ ਉਹਨਾਂ ਨੂੰ ਕਹਿੰਦੇ ਕਿ ਜਾਓ ਤੁਸੀਂ ਕੋਆਪਰੇਟ ਕਰੋ ਹਾਂ ਔਰ ਪੁੱਛ ਕੇ ਪੁੱਛ ਕੇ ਸ਼ਾਮਲ ਹੋਵੋ ਮੇਨ ਜਿਹੜਾ ਉਹਦਾ ਕਾਰਨ ਉਹੀ ਆ ਇਹ ਗੱਲ ਆਪਾਂ ਪਹਿਲਾਂ ਕਹਿੰਦੇ ਸੀ ਇਹੀ ਮੈਂ ਤੁਹਾਨੂੰ ਦੱਸਣਾ ਚਾਹਣਾ ਸਾਡੇ ਦਰਸ਼ਕਾਂ ਨੂੰ ਤੁਹਾਨੂੰ ਤਾਂ ਪਤਾ ਹੀ ਹੈ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਵੀ ਇੱਕ ਐਫਆਈਆਰ ਹੋਈ ਸੀ ਜਦੋਂ ਬਾਦਲ ਸਾਹਿਬ 2007 ਵਿੱਚ ਮਿਨਿਸਟਰ ਬਣ ਗਏ ਬਿਲਕੁਲ ਔਰ ਉਹਦੇ ਵਿੱਚ ਉਹਨਾਂ ਨੂੰ ਵੀ ਸੁਪਰੀਮ ਕੋਰਟ ਦੇ ਵਿੱਚੋਂ ਜਿਹੜੀ ਹੈਗੀ ਹਾਈ ਕੋਰਟ ਦੇ ਵਿੱਚ ਮਿਲ ਗਈ ਸੀ ਉੱਥੇ ਵੀ ਗੱਲ ਇਹੀ ਸੀ ਉੱਥੇ ਵੀ ਸੁਖਵੀਰ ਬਾਦਲ ਨੇ ਕਹੀ ਪਜਾਮੀ 'ਚ ਚੂਹੇ ਪਜਾਮੀ 'ਚ ਰਾਜੇ ਦੀ ਪਜਾਮੀ 'ਚ ਚੂਹੇ ਪਾਵਾਂਗੇ ਤੇ ਮੇਰੇ ਉਦੋਂ ਵੀ ਉਹ ਨਦੀ ਜਿਹੜੀ ਹੈਗੀ ਹੈ ਲੀਗਲ ਟੀਮ ਉਹਨੇ ਇਹੀ ਦਲੀਲ ਦਿੱਤੀ ਸੀ ਉਹਦੇ ਆਧਾਰ ਤੇ ਉਹਨਾਂ ਦੀ ਇੰਗਲੈਂਡ ਬੈਠਣ ਦੀ ਐਂਟੀਸਿਪੇਟਿਵ ਰਿਵਿਅ ਹੋ ਗਈ ਸੀ ਸੇਮ ਪੋਜੀਸ਼ਨ ਜਿਹੜੀ ਹੈਗੀ ਹੈ ਹੋਰ ਹੋਈ ਹੈ ਜੀ ਇਹ ਟਲੋ ਸਭ ਵੈਸੇ ਵੈਸੇ ਸਿਆਸੀ ਲੋਕ ਮੈਨੂੰ ਲੱਗਦਾ ਕਿ ਤੇ ਜਾਣ ਕੇ ਤਾਂ ਨਹੀਂ ਇਹ ਸਾਰਾ ਕੁਝ ਕਰਦੇ ਵੀ ਪਹਿਲਾਂ ਬਿਆਨ ਦੇ ਦਿਓ ਨਾਲੇ ਅੰਦਰ ਖਾਤੇ ਲਿਆਜ ਪਕਾ ਦਾਂਗੇ ਜਮਾਨਤ ਵੀ ਹੋ ਜੂਗੀ ਲੋਕਾਂ ਨੂੰ ਉਹ ਬਣਾਈ ਚੱਲਾਂਗੇ ਵੀ ਆਹ ਦੇਖ ਭਈ ਆਹ ਦੇਖੋ ਜਿਵੇਂ ਕਹਿੰਦੇ ਉਹ ਨਾ ਵੀ ਉਹ ਟੀਕਾਂ ਪੈਂਦੀਆਂ ਸੁਣਨੀਆਂ ਚਾਹੀਦੀਆਂ ਟੀਕਾਂ ਭਾਵੇਂ ਕਹਿੰਦੇ ਪੈਸੇ ਦੇ ਕੇ ਮਰਵਾਈਆਂ ਹੁਣ ਕਿਸੇ ਤਾਂ ਨਾ ਠਾਣੇ ਚ ਪਹਿਲਾਂ ਹੁੰਦੇ ਹੀ ਰਿਹਾ ਹੈ ਪਹਿਲਾਂ ਠਾਣੇ ਚ ਹੁੰਦੇ ਰਿਹਾ ਉੱਤੋਂ ਹੁਕਮ ਆ ਜਾਂਦਾ ਵੀ ਇਹਦੀਆਂ ਚੀਕਾਂ ਕਢਾ ਲਈ ਉਹ ਕਹਿੰਦੇ ਜੀ ਕਢਾ ਦਿੰਨੇ ਹਾਂ ਤੇ ਉਹ ਮਤਲਬ ਟੈਲਾ ਸਪਾਹੀ ਫੜ ਕੇ ਲੈਂਦਾ ਹੱਥ ਚ ਪਟਾ ਤੇ ਕੰਧਾ ਨਾ ਮਾਰੀ ਮਾਰੀ ਜਾਂਦਾ ਤੇ ਉਹਨੂੰ ਕਹਿੰਦਾ ਬੈਠਾ ਕੋਸ਼ ਕੁਰਸੀ ਤੇ ਬੈਠੀ ਚੀਕਾਂ ਮ ਛੱਡ ਦੇ ਹਾਂ ਹਾਂ ਇਹ ਚੀਕਾਂ ਕਈ ਵਾਰੀ ਐ ਵੀ ਕਢਾਈਆਂ ਜਾਂਦੀਆਂ ਤੇ ਬਾਕੀ ਕਈ ਵਾਰੀ ਇਹ ਹੁੰਦਾ ਜੀ ਉਹ ਆਪਦੇ ਮਤਲਬ ਮਿੱਤਰ ਪਿਆਰੇ ਦੀ ਪੋਜੀਸ਼ਨ ਰਾਜਨੀਤਿਕ ਤੌਰ ਤੇ ਬਾਹਲੀ ਡਾਊਨ ਹੋ ਜੇ ਹੂੰ ਹੂੰ ਉਹਨੂੰ ਵੀ ਚੋੜਾ ਲਿਫਟ ਆਪ ਲਿਫਟ ਵੀ ਕਰਨਾ ਹੁੰਦਾ ਜਿਵੇਂ ਅੱਜ ਕੱਲ੍ਹ ਫਿਲਮਾਂ ਦੇ ਵਿੱਚ ਫਿਲਮ ਮਰਦੀ ਹੋਏ ਤਾਂ ਕੰਟਰੋਵਰਸੀ ਕ੍ਰੀਏਟ ਕਰ ਦੋ ਚਾਰ ਬੰਦਿਆਂ ਨੂੰ ਦੇ ਕੇ ਹੈ ਪੁਤਲੇ ਪਤਲੇ ਸਾੜਦੇ ਉਹ ਅਗਲਾ ਕਹਿੰਦਾ ਵਿੱਚ ਪਤਾ ਨਹੀਂ ਕੀ ਹੋਊਗਾ ਉਹ ਵੀ ਜਾਂਦਾ ਪਠਾਨ ਫਿਲਮ ਦੇਖੀ ਉਹਦੇ ਵਿੱਚ ਕੁਝ ਵੀ ਨਹੀਂ ਸੀ ਇਹੋ ਜਿਹਾ ਹੈ ਬਸ ਕਹਿੰਦੇ ਜੀ ਉਹ ਸਾਡਾ ਕੱਛੀ ਦਾ ਜਿਹੜਾ ਅੰਡਰਵੀਅਰ ਦਾ ਰੰਗ ਸੀ ਉਹ ਹੋ ਕੇ ਭਗਵਾ ਬਣਾਤਾ ਕੇ ਭਗਵਾ ਬਣਾਤਾ ਬਸ ਭਗਵਾ ਕਿ ਉਹਨੂੰ ਮਤਲਬ ਜਿਹੜਾ ਚਲਾਉਣਾ ਸੀ ਹਾਂ ਉਹ ਹੁਣ ਨੀਲੀਆਂ ਛੱਡ ਕੇ ਤੇ ਕੇਸਰੀ ਤੋਂ ਹੋਰ ਹੀ ਰੰਗ ਜਾ ਕਰਤਾ ਇਹ ਰੰਗ ਦਾ ਬੜਾ ਫਰਕ ਹੈ ਮਿਲਦਾ ਜੁਲਦਾ ਭਗਵੇਂ ਨਾਲ ਉਹਦੀ ਵੀ ਚਰਚਾ ਬੜੀ ਹੋ ਰਹੀ ਹੈ ਵੈਸੇ ਗੱਲ ਤਾਂ ਇਹ ਹੈ ਵੀ ਜਿਹੜਾ ਸਾਡਾ ਜਿਹੜਾ ਹੈਗਾ ਕੇਸਰੀ ਰੰਗ ਹੈ ਕੇਸਰੀ ਹੈ ਸਿੱਖ ਪੰਥ ਦਾ ਰੰਗ ਕੇਸਰੀ ਹੈ ਕੇਸਰੀ ਹੈ ਤੇ ਕਈ ਵਾਰੀ ਹੁੰਦਾ ਨੇੜੀ ਸਾਬ ਜਦੋਂ ਬੰਦਿਆਂ ਦੇ ਰੰਗ ਬਦਲਨੇ ਸ਼ੁਰੂ ਹੋ ਗਏ ਤੇ ਫਿਰ ਪੱਗਾਂ ਦੇ ਵੀ ਬਦਲ ਗਏ ਨਹੀਂ ਪਰ ਇੰਨਾ ਨੇੜੇ ਜੀ ਉੱਤਰ ਨੂੰ ਜਾਣਦੇ ਆ ਜਿਹੜੀਆਂ ਗੱਲਾਂ ਕਿਤੇ ਲੋ ਜੀ ਪਰਮੈਟੋ ਪ੍ਰੇਡਿਕਸ਼ਨ ਪਾਣੀ ਦੇ ਪਾਣੀ ਤੇਰਾ ਤਾਂ ਸੋਲੋ ਮੈਚ ਪ੍ਰੇਡਿਕਸ਼ਨ ਹੁਣ ਦਿੱਥੇ ਹਾਲਾਤ ਪਹੁੰਚ ਗਏ ਜਿਹੋ ਜਿਹੇ ਸਥਿਤੀਆਂ ਬਣ ਗਈਆਂ ਤੇ ਬੀਜੇਪੀ ਦੀ ਵੀ ਲੋਡ ਬਣ ਗਈ ਹੈ ਜੀ ਅਕਾਲੀ ਦਲ ਨੂੰ ਵੀ ਇਸ ਗੱਲ ਦਾ ਪਤਾ ਲੱਗ ਗਿਆ ਹੂੰ ਹੂੰ ਕਿ ਭਾਈ ਗੱਲ ਸਿਰੇ ਨਹੀਂ ਚਲਦੀ ਤੇ ਜਿਵੇਂ ਕਾਂਗਰਸੀਆਂ ਨੇ ਮੋੜਾ ਪਾ ਲਿਆ ਨਾ ਜਿਹੜੇ ਭਾਰਤੀ ਜਨਤਾ ਪਾਰਟੀ ਚ ਗਏ ਸੀ ਉਹਨਾਂ ਨੇ ਘਰ ਵਾਪਸੀ ਕਰਨੀ ਸ਼ੁਰੂ ਕਰ ਦਿੱਤੀ ਤੇ ਮੇਰੀ ਮੇਰਾ ਐਨਲਿਸਿਸ ਹੈ ਜਿਹੜੀ ਮੇਰੀ ਅਨੁਮਾਨ ਹੈ ਵੀ ਸੁਖਬੀਰ ਸਿੰਘ ਬਾਦਲ ਅਸਤੀਫਾ ਦੇਊਗਾ ਅੱਛਾ ਹੀ ਪ੍ਰਧਾਨਗੀ ਤੋਂ ਇਹੋ ਜਿਹਾ ਬੰਦਾ ਮਤਲਬ ਜਿਹੜਾ ਹੈਗਾ ਪ੍ਰਧਾਨ ਬਣੂਗਾ ਜਿਹੜਾ ਸੁਖਵੀਰ ਸਿੰਘ ਬਾਦਲ ਦੀ ਦੀ ਹਾਂ ਬਿਚਾਂਖ ਮਨਾਉਦਾ ਹੋਊਗਾ ਪੀਪਣੀ ਹੋਊਗੀ ਤੇ ਵਿੱਚ ਫੂਕ ਜਿਵੇਂ ਬਾਜੂ ਗੋਵੇਂ ਬਾਜ ਕਰਦੇ ਚਲੋ ਆਪਾਂ ਪੀਪਣੀ ਨਾ ਕਹੀਏ ਕਿਉਂਕਿ ਜਿਹੜੇ ਖੜਗੇ ਸਾਹਿਬ ਨੇ ਹਾਂ ਹਾਂ ਆਪਾਂ ਜਦੋਂ ਫੈਸਲੇ ਤਾਂ ਸਾਰੇ ਜਿਹੜੇ ਹੈ ਨਾ ਉਹ ਕੋਈ ਸਿੱਧੀ ਗੱਲ ਹੱਥ ਟੋਕਾ ਕਹਦੇ ਹੋ ਪੀਪਣੀ ਕਹਦੇ ਹੋ ਜੋ ਮਰਜ਼ੀ ਕਹਦੇ ਹੋ ਗੱਲ ਤਾਂ ਇੱਕੋ ਹੀ ਆ ਹਾਂ ਚਲੋ ਨਹੀਂ ਮੈਨੂੰ ਜਿੱਦਾਂ ਪਤਾ ਨਾ ਬਜ਼ੁਰਗ ਬੰਦੇ ਐ ਆਪਾਂ ਹੁਣ ਮੈਂ ਤਾਂ ਨਹੀਂ ਕਹਿ ਸਕਦਾ ਏਜ ਦੇ ਲਿਹਾਇ ਨਾਲ ਆਪਾਂ ਤਾਂ ਵੱਡੇ ਐ ਇਹ ਪ੍ਰਧਾਨ ਡਾਇਰੈਕਟ ਤੁਸੀਂ ਬਣਾਓ ਹਾਂ ਤੇ ਪਰਦੇ ਦੇ ਪਿੱਛੇ ਰਹਿ ਕੇ ਕੰਮ ਸਾਰਾ ਸੁਖਵੀਰ ਸਿੰਘ ਬਾਦਲਲੇ ਕਰਨਾ ਤੇ ਅਕਾਲੀ ਦਲ ਦਾ ਤੇ ਭਾਜਪੀ ਦਾ ਸਮਝ ਆਉਂਦਾ ਹੋ ਜੂਗਾ ਹੋਣਾ ਹੁਣ ਹੋਣਾ ਹੀ ਹੋਣਾ ਹੋਣੀ ਹੀ ਹੋਣੀ ਤੇ ਉਹ ਹੋਊਗਾ ਤੇ ਫਿਰ ਤੁਸੀਂ ਦੇਖੋ ਫਿਰ ਜਿਹੜੀ ਹੈ ਲੜਾ ਰੰਗ ਝੰਡਿਆਂ ਦੇ ਰੰਗ ਕੋ ਹੋ ਜਾਣਗੇ ਉਹ ਬਸ ਬਸ ਉਹ ਰੰਗ ਸ਼ੇਪ ਵੀ ਜਿਹੜੀ ਜਿਹੜੀ ਲੈਂਦੀ ਉਹ ਪਿੰਡਾਂ ਦੇ ਆਰੀਆ ਸਾਹਿਬ ਕਈ ਵਾਰੀ ਕੀ ਹੁੰਦਾ ਨਾ ਪੁਰਾਣੇ ਜ਼ਮਾਨੇ ਚ ਹਮ ਲੈ ਜਾਂਦੀਆਂ ਬੁੜੀਆਂ ਵਿਚਾਰੀਆਂ ਨੂੰ ਪਿੰਡ ਵਾਲਿਆਂ ਨੂੰ ਪਤਾ ਨਹੀਂ ਹੁੰਦਾ ਸੀ ਤੇ ਉਹ ਆ ਜਾਂਦੇ ਸ਼ਹਿਰ ਕੱਪੜੇ ਖਰੀਦਣ ਆਸਤੇ ਹਮ ਹਮ ਇਹ ਕਪੜਾ ਦੇ ਉਹ ਜਿਹੜੇ ਲੈ ਲਓ ਹਾਂ ਇਹ ਰੰਗ ਬੜਾ ਸੋਹਣਾ ਹੋਣਾ ਲਾਈਟਾਂ ਜਿੱਥੇ ਇੰਨੀਆਂ ਜਗਦੀਆਂ ਵਿਚਾਰੀਆਂ ਇੰਨੀਆਂ ਅੱਖਾਂ ਚੁੰਦੇ ਆ ਜਾਂਦੀਆਂ ਅੱਖਾਂ ਚੁੰਦੇ ਆ ਜੋਗੇ ਹਾਂ ਵੀ ਠੀਕ ਹੈ ਠੀਕ ਹੈ ਠੀਕ ਹੈ ਜਦੋਂ ਘਰੇ ਲੈ ਕੇ ਜਾਂਦੀਆਂ ਧੀ ਤੇ ਨੂੰ ਉਹ ਭਾਲਦੀਆਂ ਰੋਲਾ ਮਾਤਾ ਤੂੰ ਆ ਕੀ ਕੀਤਾ ਲੈੰਦਾ ਕੀ ਹੈ ਹਾਂ ਤੂੰ ਇਹ ਤਾਂ ਰੰਗ ਹੀ ਕੁਝ ਹੋਰ ਹੈ ਉਹਦੀ ਭਾਈ ਜਾਨੀਆ ਦੁਬਾਰਾ ਉਹ ਫਿਰ ਜਾ ਕੇ ਫਿਰ ਕਹਿੰਦੇ ਭਾਈ ਆ ਕਹਿੰਦੇ ਮਿਲਾ ਲਓ ਜੀ ਹਾਂ ਆਹ ਰੰਗ ਨਾਲ ਰੰਗ ਮਿਲਾ ਹਾਂ ਹੈ ਉਹੀ ਕਿ ਨਹੀਂ ਹੋਈ ਕਹਿੰਦੀ ਭਾਈ ਹੈ ਤਾਂ ਇਹ ਤਾਂ ਫਿਰ ਕੁੜੀਆਂ ਦੇ ਚੀ ਉਹ ਨਾਲ ਦੇ ਚੀ ਭਰ ਗਿਆ ਭਰ ਕੇ ਇਹ ਰੰਗ ਨਾਲ ਰੰਗ ਮਿਲਾਉਣ ਵਾਲੀ ਗੱਲ ਵਾੜ ਮਿਲਾਉਣ ਵਾਲ ਇਹ ਸਭ ਸੁਪਰੀਮ ਕੋਰਟ ਦਾ ਬੜਾ ਅਬੋਰਸ਼ਨ ਨੂੰ ਲੈ ਕੇ ਬਹੁਤ ਅਹਿਮ ਫੈਸਲਾ ਆਇਆ। ਵੈਸੇ ਇਹ ਹੋਣੀ ਚਾਹੀਦਾ ਸੀ ਔਰ ਉਹਦੇ ਚ ਜਸਟਿਸ ਡੀ.ਵਾਈ. ਚੰਦਰਾਚੂੜ ਸਾਬ ਨੇ ਕੱਲ ਇਸ ਗੱਲ ਦੇ ਉੱਤੇ ਬੜੀ ਜਿਹੜੀ ਹੈ ਕੀਤੀ ਕਿਉਂਕਿ ਇਹ ਜਿਹੜੇ ਵਕੀਲ ਸੀਗੇ ਉਹ ਲੜਕੀ ਦੇ ਔਰਤ ਦੇ ਇਹ ਹੈਗੇ ਜੀ ਉਹਦੀ ਪ੍ਰੈਗਨੈਂਸੀ 26 27 ਹਫ਼ਤੇ ਦੀ 27 ਹਫ਼ਤੇ ਤੇ 5 ਹੈ ਨਾ 26 ਹਫ਼ਤੇ ਤੇ 5 ਦਿਨਾਂ ਦੀ 28 27 ਬਣ ਗਏ 27 ਬਣ ਗਏ ਕਰੀਬ ਕਰੀਬ 27 ਬਣ ਗਏ 27 ਹਫ਼ਤੇ ਦੀ ਜੀ ਉਸ ਵੇਲੇ ਉਹ ਨਹੀਂ ਹੋ ਸਕਦੀ ਤੇ ਉਹਨਾਂ ਨੇ ਜਦੋਂ ਕਿਹਾ ਜੀ ਇਜਾਜ਼ਤ ਮੰਗੀ ਵੀ ਸਾਨੂੰ ਸੁਪਰੀਮ ਕੋਰਟ ਅਸਤਾ ਦੇ ਹੂੰ ਹੂੰ ਸੁਪਰੀਮ ਕੋਰਟ ਨੇ ਕੇਸ ਜਿਹੜਾ ਹੈਗਾ ਰੈਫਰ ਕਰਤਾ ਏਮਜ਼ ਨੂੰ ਏਮਜ਼ ਨੂੰ ਅੱਛਾ ਹੈ ਕਿ ਤੁਸੀਂ ਮਤਲਬ ਜਿਹੜੀ ਸਥਿਤੀ ਦੇਖੋ ਬੱਚੇ ਦੀ ਤੇ ਕੀ ਹੈ ਏਮਜ਼ ਵਾਲਿਆਂ ਨੇ ਜਿਹੜੀ ਰਿਪੋਰਟ ਦਿੱਤੀ ਦਾ ਨੇੜੇ ਸਭ ਤੋਂ ਵੱਡੀ ਹਲੂਣ ਹਲੂਣ ਵਾਲੀ ਹੈ ਹੂੰ ਹੂੰ ਉਹ ਕਹਿੰਦੇ ਜੀ ਭਰੂਣ ਜਿਹੜਾ ਹੂੰ ਹੂੰ ਉਹ ਹਰਕਤ ਕਰ ਰਿਹਾ ਹੈ ਹਰਕਤ ਕਰ ਰਿਹਾ ਹੈ ਉਹ ਰੋਂਦਾ ਵੀ ਹੈ ਹੂੰ ਹਰਕਤ ਵੀ ਕਰਦਾ ਹੈ ਇਸ ਸਟੇਜ ਦੇ ਉੱਤੇ ਜੇ ਅਬੋਰਸ਼ਨ ਕਰਾਂਗੇ ਤਾਂ ਭਰੂਨ ਦੀ ਜਿਹੜੀ ਹੈ ਕਿਉਂ ਨੂੰ ਕਹਾਂਗੇ ਆਪਾਂ ਸਾਹ ਬੰਦ ਕਰਨਾ ਪਵੇ ਧੜਕਣ ਬੰਦ ਕਰਨੀ ਪਣੀ ਤੇ ਧੜਕਣ ਬੰਦ ਕਰਨਾ ਮਤਲਬ ਹੈ ਕਤਲ ਹਮ ਮਾਨਯੋਗ ਸੁਪਰੀਮ ਕੋਰਟ ਨੇ ਕਿਹਾ ਵੀ ਕਾਨੂੰਨ ਭਾਰਤ ਦਾ ਕਾਨੂੰਨ ਇਜਾਜ਼ਤ ਨਹੀਂ ਦਿੰਦਾ ਕਿ ਕਿਸੇ ਬੱਚੇ ਨੂੰ ਮਾਰ ਦਿੱਤਾ ਜਾਵੇ ਪੇਟ ਚੀ ਮਾਰ ਦਿੱਤਾ ਜਾਵੇ ਹਾਂ ਜੇ ਅਜੇ ਤੱਕ ਕੁਝ ਜਾਨ ਨਹੀਂ ਪਈ ਹੁੰਦੀ ਉਹਦੇ ਧੜਕਣ ਪੈਦਾ ਨਹੀਂ ਪਈ ਹੁੰਦੀ ਉਹ ਪ੍ਰਬੰਧ ਹੈਗਾ ਹਾਂ ਉਹ ਪ੍ਰਬੰਧ ਹੈਗਾ ਉਹਨਾਂ ਦੇ ਜਿਹੜੇ ਵਕੀਲ ਸੀਗੇ ਉਹ ਇਹਤੇ ਜੁੜੇ ਦੇ ਜਿਨ੍ਹਾਂ ਨੇ ਮਤਲਬ ਪਟੀਸ਼ਨ ਦਾਇਰ ਕੀਤੀ ਸੀ ਉਹਨਾਂ ਨੇ ਮਸਾਲਾ ਦਸ ਗਿਆ ਜੀ ਬਾਹਰ ਲਿਆਂ ਜੀ ਆ ਤਾਂ ਫਿਰ ਜਸਟਿਸ ਡੀ ਬਾਈ ਚੰਦਰਾ ਚੂੜ ਕਹਿੰਦੇ ਵੀ ਗੱਲ ਇਹ ਵੀ ਭਾਰਤ ਦੇ ਵਿੱਚ ਕੋਈ ਕਿਸੇ ਦਾ ਕਾਨੂੰਨ ਕੁਝ ਵੀ ਹੋਵੇ ਭਾਰਤ ਦੇ ਵਿੱਚ ਭਾਰਤੀ ਕਾਨੂੰਨੀ ਚੱਲੇ ਭਾਰਤੀ ਕਾਨੂੰਨੀ ਚੱਲੇ ਹਾਂ ਉਹਨਾਂ ਨੇ ਇੱਕ ਲਿਬਰਟੀ ਦੇ ਦਿੱਤੀ ਕਿ ਅਗਰ ਤੁਸੀਂ ਇਸ ਬੱਚੇ ਦੀ ਜਿਹੜੀ ਸਾਮ ਸੰਭਾਲ ਕਰਨ ਤੋਂ ਅਸਮਰਥ ਹੋ ਨਹੀਂ ਕਰਨਾ ਚਾਹੁੰਦੇ ਤਾਂ ਤੁਸੀਂ ਯੂ نو ਦੇ ਸਕਦੇ ਦਾਨ ਕਰ ਸਕਦੇ ਹੋ ਸਰਕਾਰ ਨੂੰ ਇਸ ਗੱਲ ਦੀ ਹਦਾਇਤ ਕਰਤੀ ਕਿ ਤੁਸੀਂ ਇਹਨਾਂ ਨੂੰ ਇਹਨਾਂ ਨੂੰ ਮਤਲਬ ਜਿਹੜੀ ਮਦਦ ਦਿਓ ਸਾਰੇ ਕਿਸਮ ਦੇ ਮੈਡੀਕਲ ਦਾ ਖਰਚਾ ਵੀ ਦਿਓ ਕੱਲ ਨੂੰ ਮਤਲਬ ਜਿਹੜੀ ਉਹ ਬੀ ਜਿਹੜੀ ਪ੍ਰੈਗਨੈਂਟ ਹੈ ਉਹਦੀ ਸਾਂਭ ਸੰਭਾਲਦਾ ਵੀ ਤੇ ਕਾਉਂਸਲਿੰਗ ਦਾ ਵੀ ਜੀ ਜੀ ਇਹ ਸਾਰਾ ਕੁਝ ਕਰੋ ਕਰਾਓ ਤੇ ਇਸ ਕੰਮ 'ਚ ਵੀ ਇਹਨਾਂ ਦੀ ਮਦਦ ਕਰੋ ਕਿ ਜੇ ਇਹ ਬੱਚਾ ਕਨ ਕਿਸੇ ਨੂੰ ਦਾਨ ਕਰਨਾ ਚਾਹੁੰਨ ਤਾਂ ਉਹ ਜਿਹੜਾ ਹੈ ਦਾਨ ਵੀ ਕਰਵਾਇਆ ਜਾਵੇ ਲੋਕੋ ਕਿ ਸਿਸਟਮ ਹੁੰਦਾ ਦਾਨ ਵਾਲਾ ਵੀ ਤੁਹਾਡੀ ਬਿਲਕੁਲ ਅਡਾਪਟ ਅਡਾਪਸ਼ਨ ਅਡਾਪਸ਼ਨ ਵਾਲਾ ਇਹਦਾ ਕਾਨੂੰਨ ਹੈ ਉਹਦੇ ਵਾਸਤੇ ਵੀ ਮੇਰੇ ਖਿਆਲ ਮੁਤਾਬਕ ਇਹ ਸੁਪਰੀਮ ਕੋਰਟ ਦਾ ਠੀਕ ਫੈਸਲਾ ਹੈ ਲਾਜਕ ਵਾਲਾ ਦਾਨੀਲ ਸਿੰਘ ਸਭ ਮੈਂ ਪਹਿਲਾਂ ਵੀ ਆਪਾਂ ਪਰਸੂ ਹੀ ਗੱਲ ਕੀਤੀ ਸੀ ਜੀ ਦੇ ਪਰਸੂ ਨਹੀਂ ਗੱਲ ਕਰ ਆਪਣੇ ਇੱਕ ਸੱਜਣ ਹੈਗੇ ਤੁਹਾਡੇ ਵੀ ਮਿੱਤਰਾਂ ਮੇਰੇ ਵੀ ਮਿੱਤਰਾਂ ਹੈ ਹਮ ਹਮ ਉਹਨਾਂ ਦੇ ਤੀਜੀ ਪੋਤੀ ਹੋਗੀ ਹਮ ਹਮ ਬਾਹਰ ਰਹਿੰਦੇ ਵਿਦੇਸ਼ ਮੈਂ ਜਦੋਂ ਮੈਨੂੰ ਦੱਸੇ ਕਿ ਉਹਨਾਂ ਨੇ ਗੱਲ ਕੀਤੀ 2000 ਉੱਥੇ ਉਹ ਕਹਿੰਦੇ ਉੱਥੇ ਸੀ ਡਾਕਟਰ ਕਹਿੰਦੇ ਸੀ ਹਮ ਹਮ ਵੀ ਅਬੋਰਸ਼ਨ ਕਰਦੇ ਕਹਿੰਦਾ ਮੇਰਾ ਬੇਟਾ ਕਹਿੰਦਾ ਨਾ ਹਮ ਕਤਲ ਕਿਉਂ ਕਰ ਗਏ ਸੀ ਕਿਉਂ ਕਰੀ ਕਿ ਇਹ ਹਰ ਬੰਦਾ ਆਪ ਦਾ ਭਾਗ ਲੈ ਕਿਉਂਦੀ ਹੁਣ ਤੁਸੀਂ ਇਹ ਦੇਖੋ ਹਾਂਜੀ ਔਰ ਕੁੜੀਆਂ ਕਰਕੇ ਕਰ ਦਿੰਦੇ ਆਪਣੇ ਕਤਲ ਕਰ ਦਿੰਦੇ ਹਾਂਜੀ ਇਸ ਵੇਲੇ ਦੇਖੋ ਜੁਡੀਸ਼ੀਅਲ ਸਰਵਿਸ ਦੇ ਵਿੱਚ ਕੁੜੀਆਂ ਕਿੰਨੀਆਂ ਕਿੰਨੀਆਂ ਨਾਲ ਉਹ ਵੀ ਸੁਧਾਰਨ ਜਮਾ ਸੁਧਾਰਨ ਕਰਾਂ ਦੀ ਕੋਈ ਕੋਈ ਆਪਣੀ ਸਿਕਿਉਰਿਟੀ ਗਾਰਡ ਦਿੱਤੀ ਹੈ ਹੂੰ ਹੂੰ ਕੋਈ ਬੱਸ ਕੰਡਕਟਰ ਦਿੱਤੀ ਹੈ ਕੋਈ ਆਟੋ ਰਿਕਸ਼ਾ ਦਿੱਤੀ ਹੈ ਹੂੰ ਹੂੰ ਆਪਣੇ ਤੁਹਾਡੇ ਵੀ ਮਿੱਤਰ ਹੈ ਭਪਿੰਦਰ ਹਾਂਜੀ ਅੱਛੇ ਰਹਿੰਦੇ ਬਠਿੰਡੇ ਦੇ ਬਠਿੰਡੇ ਹਾਂਜੀ ਹਾਂਜੀ ਟੱਡਾ ਹੂੰ ਹੂੰ ਉਹਨਾਂ ਦੀ ਬੇਟੀ ਸੁਧਾਰਨ ਇੱਥੇ ਹੀ ਪੜੀ ਹੂੰ ਹੂੰ ਤੇ ਇੱਥੇ ਅਜ ਉਹਨਾਂ ਮੈਨ ਨੂੰ ਤਾਂ ਇਸ ਲਾਉਣੀ ਕਿਤੇ ਪੰਜਾਬ ਦੇ ਕੋਲਕਾਤਾ ਇੱਥੋਂ ਇੱਥੋਂ ਨੇ ਲਾ ਕੀਤਾ ਹੈ ਔਰ ਉਹ ਵੀ ਹੈ ਮਤਲਬ ਇਹ ਇੱਕ ਕਈ ਵਾਰੀ ਆਪਾਂ ਪੁੱਤ ਪੁੱਤ ਕਹਿ ਦਿੰਦੇ ਹਾਂ ਪੁੱਤ ਤਾਂ ਫਿਰ ਗੱਲ ਦੇ ਉੱਤੇ ਡਾਂਗ ਵੀ ਧਰ ਲੈਂਦੇ ਆ ਆਖਰੀ ਸਮੇਂ ਦੇ ਵਿੱਚ ਧੀ ਹੀ ਹੁੰਦੀ ਹੈ ਸਭ ਤੋਂ ਵੱਡੀ ਗੱਲ ਇਸ ਕਰਕੇ ਮੇਰੇ ਖਿਆਲ ਮੁਤਾਬਕ ਜਿਹੜੀ ਹੈ ਨਾ ਜਿਹੜੇ ਜਿਹੜੇ ਬੰਦੇ ਸੋਚਦੇ ਹੈ ਜੀ ਉਹਨਾਂ ਨੂੰ ਆਪਾਂ ਕਹਿ ਸਕਦੇ ਕਿ ਸਭ ਤੋਂ ਬਿਆ ਪੁੰਨਦਾਨ ਤੇ ਧਰਮੀ ਉਹ ਬੰਦਾ ਹੀ ਹੈ ਹੂੰ ਹੂੰ ਸੋ ਬਹੁਤ ਬਹੁਤ ਸ਼ੁਕਰਗੁਜ਼ਾਰੀ ਤੁਹਾਡਾ ਬਾਨੀ ਵੱਲੋਂ ਪ੍ਰੋਗਰਾਮ ਸ਼ਾਮ ਦਾ ਨੂੰ ਇੱਥੇ ਹੀ ਸਮਾਪਤ ਕਰਨ ਦੀ ਆਪਜੀ ਤੋਂ ਅੱਗੇ ਲੈਣੇ ਸੋ ਜੁੜੇ ਰਹੋ ਰੇਡੀਓ ਪੰਜਾਬ ਟੂਡੇ